जेड़ा 1984 का तीजा गलू कहा ओदा इतिहास आप प्रारंभ करिए। शुरू दे विच आप जेकर इतिहास में ऐन गौर ना बचांगे सारा ध्यान ना सुनांगे सारी गल अपने समझ दे विच आ जानी है। जदों महापुरखां ने पंजवीं पढ़दियां ने
जवानी कंठ कर लिया आखो सतनाम श्री वाहिगुरु पढ़ते हैं पांच बाणियां जवानी कंठ सी विद्वाना का यह कथन है कि पैसा कंठ ते बाणी कंठ यह काम आती है पैसा जो खीचे च है ते बाणी जी जवानी साडे याद है उहदा ही लाहा मिलता सो पांच ग्रंथियां कई बाणियां महापुरखां दे कंठ सी बचपन दे विच ही स्कूल पढ़ते होंदे ते जदों महापुरख शहीदी दिंदे है ना महापुरखां दा जिहड़ा नेम सी जपजी साहब के पाठ की हाजरी महापुरख डेली लगाते शहादत धन गुरु ग्रंथ साहब सच्चे पातशाह सारे 1430 अंग महापुरखों के जवानी कंठ से आखो सतनाम श्री वाहिगुरु संगत जी उस वेले साडे जिहड़े फ्रीडम फाइटर से जाके जिहड़े देश भगत से वह जदों जहर कर रहे थे देश को भी याद करवा ਸਾਡੀ ਕੌਮ ਦੀ ਅਗਵਾਈ ਕਰ ਰਹੇ ਸੀ ਬਲਦੇਵ ਸਿੰਘ ਵਰਗੇ ਮਾਸਟਰ ਤਾਰਾ ਸਿੰਘ ਵਰਗੇ ਤੇ ਸੰਗਤ ਜੀ ਉਹਨਾਂ ਨੂੰ ਬਹੁਤੀ ਸੂਝ ਬੂਝ ਨਹੀਂ ਸੀ ਉਹ ਪੰਜਾਬ ਤੋਂ ਬਾਹਰ ਕਿਤੇ ਗਏ ਹੀ ਨਹੀਂ ਸੀ ਹਿੰਦੁਸਤਾਨ ਤੋਂ ਬਾਹਰ ਜਾਣ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਤੇ ਦੂਜੇ ਪਾਸੇ ਨਹਿਰੂ ਵਰਗੇ ਆਪਣੇ ਮਿਸਟਰ ਜਨਾਹ ਵਰਗੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਪੜ੍ਹਾਈ ਕਰਕੇ ਆਏ ਸੀ ਉਹਨਾਂ ਨੂੰ ਪਤਾ ਸੀ ਕਹਿੰਦੇ ਸੀ
ਨਿੱਕ ਮੰਨੂਗੇ ਸੋ ਦੋ ਸਾਨੂੰ ਕੀ ਦਿੰਦੇ ਹੋ। ਤੇ ਸੰਗਤ ਜੀ ਕਰਮਚੰਦ ਗਾਂਧੀ ਸਿੱਧਾ ਹੀ ਨਹਿਰੂ ਵਰਗੇ ਸਿੱਧਾ ਹੀ ਮੁੱਕਰ ਗਏ। ਕਹਿੰਦੇ ਤਾਰਾ ਸਿਆਂ ਮਾਸਟਰ ਜੀ ਉਦੋਂ ਗੱਲ ਹੋਰ ਸੀ ਹੁਣ ਗੱਲ ਹੋਰ ਹੈ। ਰੱਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਕਈ ਵਾਰੀ ਮੁਲਕ ਨੂੰ ਇਕੱਠਿਆਂ ਰੱਖਣ ਦੇ ਲਈ ਟੁੱਟਣ ਤੋਂ ਬਚਾਉਣ ਦੇ ਲਈ ਝੂਠੇ ਵਾਅਦੇ ਵੀ ਕਰਨੇ ਪੈਂਦੇ ਆ। ਤੇ ਸਭ ਤੋਂ ਪਹਿਲਾਂ ਜਿਹੜਾ ਸਿਆਸੀ ਕੈਦੀ ਅਖੌਤੀ ਆਜ਼ਾਦ ਮੁਲਕ ਦੇ ਵਿੱਚ ਬਣਿਆ ਮਾਸਟਰ ਤਾਰਾ ਸਿੰਘ ਬਣਿਆ ਤੇ ਉਹਨੂੰ ਉਦੋਂ ਇਹ ਗੱਲ ਸਮਝ ਆ ਗਈ। ਫਿਰ ਸੰਗਤ ਜੀ ਇੱਕ ਕਹਾਵਤ ਹੈ ਆਪਣੇ ਪੰਜਾਬੀਆਂ ਦੀ, ਫਿਰ ਪੁੱਛਤਾਏ ਕਿਆ ਬਣੇ ਜਬ ਚਿੜੀਆਂ ਚੋਗੇਰੀ ਖੇਲ। ਜਦੋਂ ਸਮਾਂ ਹੱਥੋਂ ਨਿਕਲ ਜਾਵੇ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਤੇ ਸੰਗਤ ਜੀ ਜਦੋਂ ਜਹਿਦ ਕਰਦੇ ਰਹੇ ਤੇ ਸੰਗਤ ਜੀ ਉਸ ਤੋਂ ਬਾਅਦ ਇਹਨਾਂ ਨੂੰ ਆਪਣੇ ਆਹਾਂ ਭੀਮ ਰਾਓ ਅੰਬੇਦਕਰ ਨੇ ਮਾਸਟਰ ਤਾਰਾ ਸਿੰਘ ਨੂੰ ਸਕੀਮ ਦਿੱਤੀ ਕਿ ਮਾਸਟਰ ਜੀ ਹੋਰ ਮੈਂ ਤੁਹਾਡਾ ਕੋਈ ਚਾਰਾ ਨਹੀਂ ਚੱਲਣਾ, ਹੋਰ ਮੈਂ ਤੁਹਾਨੂੰ ਇਹਨਾਂ ਨੇ ਕੋਈ ਲੜ ਨਹੀਂ ਫੜਾਉਣਾ। ਸੋ ਹੁਣ ਤੁਸੀਂ ਇੱਕੋ ਹੀ ਕੰਮ ਕਰ ਸਕਦੇ ਹੋ, ਆਪਦਾ ਪੰਜਾਬੀ ਦੇ ਆਧਾਰ ਤੇ ਸੂਬਾ ਮੰਗ ਸਕਦੇ। ਸੰਗਤ ਜੀ ਬਾਕੀ ਸਾਰੇ ਸੂਬੇ ਪਛਾਵਾਂ ਦੇ ਆਧਾਰ ਤੇ ਬਿਨਾਂ ਮੰਗਿਓ ਦਿੱਤੇ ਗਏ, ਬਿਨਾਂ ਮੰਗਿਓ। ਪਰ ਜਦੋਂ ਪੰਜਾਬ ਦੀ ਵਾਰੀ ਆਈ ਸੰਗਤ ਜੀ ਨਹਿਰੂ ਵਰਗੇ ਕਹਿੰਦੇ ਸਾਡੀ ਜਿਉਂਦੇ ਜਾਈ ਅਸੀਂ ਪੰਜਾਬੀ ਸੂਬਾ ਨਹੀਂ ਬਣ ਦਿਆਂਗੇ, ਸਾਡੀ ਫਿੱਕ ਦੇ ਮਰਿਆ ਤੋਂ ਬਾਅਦ ਭਾਵੇਂ ਪੰਜਾਬੀ ਸੂਬਾ ਬਣਾ ਲਓ ਪਰ ਜਿਉਂਦੇ ਜੀ ਅਸੀਂ ਕਦੇ ਵੀ ਪੰਜਾਬੀ ਸੂਬਾ ਨਹੀਂ ਬਣ ਦੇਣਾ। ਸੰਗਤ ਜੀ ਇੱਥੋਂ ਤੱਕ ਪੰਜਾਬੀ ਸੂਬਾ ਜਿੰਦਾ ਜਾਓ। ਪਰ ਸੰਗਤ ਜੀ ਹੂ ਬਹੂ ਜੋ ਉਹ ਕੂੜ ਪ੍ਰਚਾਰ ਕਰਦਾ ਰਿਹਾ
वो दसना मेरा फर्ज बनता है। मेरी ड्यूटी है गुरु घर का चौकीदार होने करके, गुरु घर का कुकर होने करके। संगत जी नरक धारिया कलवचना धन गुरु ग्रंथ साहिब मेरा सच्चे पातशाह नूं कागजां दा थप्पा दसदा सी, खिमा कर दिओ कागजां दा थप्पा। दोस्त पापी कई बारी धन गुरु ग्रंथ साहिब मेरा सच्चे पातशाह दे उपर दी लंघ जांदा सी। आखो सतनाम श्री वाहे, इहो जी उहने गल्लां कहियां। कहिंदा 35 साल तक ਤੁਸੀਂ ਕਿਸੇ ਵੀ ਔਰਤ ਦੇ ਨਾਲ ਮੂੰਹ ਕਲਾ ਕਰ ਸਕਦੇ ਹੋ, ਭਾਵੇਂ ਉਹਦੀ ਰਜ਼ਾਮੰਦੀ ਹੋਵੇ ਭਾਵੇਂ ਨਾ ਹੋਵੇ। ਕਿਹਦਾ ਔਰਤ ਕਹਿੰਦਾ ਇੱਕ ਐਸ਼ ਪ੍ਰਸਤੀ ਦਾ ਸਾਧਨ ਹੈ। ਹਰ ਮਨੁੱਖ ਹਰ ਇਨਸਾਨ 35 ਸਾਲ ਦੀ ਉਮਰ ਤੱਕ ਹਰੇਕ ਔਰਤ ਦੇ ਨਾਲ ਮੂੰਹ ਕਲਾ ਕਰ ਸਕਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੋਨੇ ਐਲਾਨ ਕੀਤਾ ਕਹਿੰਦਾ ਦਾਜ ਬਣ ਕੇ ਲਾਂਤ ਨੂੰ ਜੜੋਂ ਖਤਮ ਕਰਨ ਦੇ ਲਈ, ਇਸ ਬਿਮਾਰੀ ਨੂੰ ਖਤਮ ਕਰਨ ਦੇ ਲਈ ਕਹਿੰਦਾ ਆਪਣੀਆਂ ਭੈਣਾਂ ਦਾ ਵਿਆਹ ਕਰਵਾਓ। ਤੇ ਸੰਗਤ ਜੀ ਹੋਰ ਬਹੁਤ ਜਾਰੇ ਜਿਹੜੇ ਭਾਵੇਂ ਸਾਡੀ ਸਿੱਖੀ ਦੇ ਵਿੱਚ ਸੰਗਰਾਂਦ ਦਾ ਦਸਵੀਂ ਜਾਂ ਪੁੰਨਿਆ ਜਾਂ ਮੱਸਿਆ ਕੋਈ ਬਹੁਤਾ ਮਿਹਨਤ ਨਹੀਂ ਰੱਖਦੇ, ਕੇਵਲ ਸਾਡੇ ਉਹ ਦਿਨ ਨੇ, ਅਸੀਂ ਉਹਨਾਂ ਦਿਨਾਂ ਦੇ ਵਿੱਚ ਬਹਾਨੇ ਨਾਲ ਗੁਰੂ ਸਾਹਿਬ ਦਾ ਅਚੇਚੇ ਤੌਰ 'ਤੇ ਸ਼ੁਕਰਾਨਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਕੀਰਤਨ ਕਥਾ ਢਾਡੀ ਵਾਰਾ ਹੋਰ ਕਈ ਤਰ੍ਹਾਂ ਦੇ ਮਹਾਰਾਜ ਦੇ ਜਸ ਕਰਦੇ ਹਾਂ ਅਸੀਂ। ਸੋ ਸੰਗਤ ਜੀ ਮੱਸਿਆ ਪੁੰਨਿਆ ਸੰਗਰਾਂਦ ਦੀ ਥਾਂ 'ਤੇ ਦਸਵੀਂ ਦੀ ਥਾਂ 'ਤੇ ਉਹਨੇ ਬਾਦਲ ਤਾਂ ਇਹ ਗੱਲ ਕਹਿੰਦਾ ਬਈ ਜੇ ਸੰਤ ਮੈਨੂੰ ਕਹਿਣ ਤਾਂ
ਜਿਹੜਾ ਬਾਦਲ ਮੈਨੂੰ ਇਹ ਗੱਲ ਕਹੇ ਬਾਦਲ ਤਾਂ ਕੇਵਲ ਐਲਾਨ ਕਰਨ ਦੀ ਗੱਲ ਕਹਿੰਦਾ ਕਹਿੰਦਾ ਬਾਦਲ ਮੈਂ ਟਕਸਾਲ ਦਾ ਅੱਜ ਸੇਵਾਦਾਰ ਬਣਿਆ ਸੰਤਗਿਆਂ ਨੇ ਜਰਨੈਲ ਸਾਹਿਬ ਕਹਿੰਦੇ ਬਈ ਬਾਦਲ ਮੈਨੂੰ ਕਹੇ ਵੀ ਕੀ ਲੈਣਾ ਚਾਹੁੰਦਾ ਮੈਂ ਕੇਵਲ ਐਲਾਨ ਹੀ ਨਹੀਂ ਅੱਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਹੋਰ ਦਾਸਰੇ ਨਾਲ ਇਹਨਾਂ ਦੀ ਮੰਗ ਪੂਰੀ ਕਰਾਂਗਾ ਆਖੋ ਸਤਨਾਮ ਸੇਵਾ ਜਿਹੜੇ ਕਹਿੰਦੇ ਸੀਗੇ ਨੌਜਵਾਨ ਨੂੰ ਕਿਵੇਂ ਇਹ ਅਗਵਾਈ ਕਰ ਲੂ ਕੀ ਇਹਨੂੰ ਤਜਰਬਾ ਸਾਰਿਆਂ ਦੇ ਸੰਗਤ ਦੀ ਦੰਦ ਗੜ ਕੇ ਤੇ ਮਹਾਂਪੁਰਖ ਪਹਿਲੇ ਦੇ ਇਲਾਕੇ ਦੇ ਵਿੱਚ ਸਟੇਜ ਦੇ ਉੱਤੇ ਭਜਨ ਕਰਦੇ ਨੇ ਜਿਵੇਂ ਮਹਾਂਪੁਰਖ ਟਕਸਾਲ ਦਾ ਇਤਿਹਾਸ ਹੈ ਤਾਂ ਕਹਿੰਦੇ ਨੇ ਵੀ ਇਹ ਦਮਦਮੀ ਟਕਸਾਲ ਮਹਾਂਪੁਰਖ ਕਹਿੰਦੇ ਵੀ ਕਲਗੀਧਰ ਪਾਤਸ਼ਾਹ ਨੇ ਆਪ ਚਲਾਈ ਆ ਸੋ ਜਿਵੇਂ ਸੁੱਤੀ ਹੋਈ ਕੌਮ ਨੂੰ ਮਹਾਂਪੁਰਖਾਂ ਨੇ
मैंबर गुरद्वारा प्रबंधक कमेटी गुरु घर के सेवादार उन्होंने वालों 100 रुपया नंबरदार साहब सरदार जसवंत सिंह जी गिल उन्होंने वालों भी 100 रुपया मान आया धन्यवाद करते हैं। सो संगत जी संत ज्ञानी जरनैल सिंह खालसा भिंडरांवाले महापुरखों दंतवी टकसाल के 14वें मुखी बने ने। संगत जी मैं बेनती पहले ही की है कि सेंटर सरकार ने सिखा की पावर वंडन के लिए कौम के वंडिया पाने साड़ी ताकत डिवाइड करने पंजाब के नरकधारियां गर्वजना भेजिया भावें संगत जी सेंटर सरकार दियां अखां दे विच पंजाब पहलां तों ही रड़कदा रहा पर टकसाल दे नाल आमों सामने टक्कर टकसाल सेंटर सरकार दियां अखां दे विच ज्यादातर कदों रड़कण लगी। संगत जी दिल्ली की घटना दिल्ली की 11 नवंबर 1675 ईस्वी में श्री गुरु तेग बहादुर साहब महाराज सच्चे पातशाह 11 नवंबर 1675 दिल्ली के चांदनी चौक के सच्चे पातशाह जी तिलक के जज्जू की रक्षा के लिए शहादत का जाम पीते धन गुरु तेग बहादुर साहब महाराज 11 नवंबर 1675 ईस्वी में संगत जी 300 साल शहीदी दिहाड़ा कौम बड़ी तन मन धन दे करके मना रही थी ते दिल्ली ने सच्चे पातशाह धन गुरु तेग बहादुर साहब महाराज की याद दे विच जिवें हुणे हुणे आपां धन गुरु नानक दे महाराज सच्चे पातशाह की 550 साल शताब्दी अवतार सच्चे पातशाह के धर्म का 550 साल मना के हटिया ना इसे तरह 300 साल धन गुरु तेग बहादुर साहब महाराज का 11 नवंबर 1975 300 साल महाराज का शहीदी दिहाड़ा दिल्ली के मनाया जा रहा है। संगत जी स्टेज के उत्ते लीडर बैठे आ साडे पंजाब के कौम के अखौती आगू बैठे ने सेंटर सरकार के चपली झाड़ बैठे ने सारे धन गुरु तेग बहादुर साहब महाराज सच्चे पातशाह की हुक्मा करते हैं महापुरखों के शहादत के संबंधी पंडाल के बैठिया संगत विचारा साझिया करते हैं। स्टेज के उ 1775 के ज्ञानी करतार सिंह खालसा महापुरख संगत जी स्टेज के उत्ते बैठे ने साडे पंजाब के आगू भी बैठे ने स्टेज के उत्ते धन गुरु ग्रंथ साहब महाराज सच्चे पातशाह का प्रकाश है ते महाराज संगतां नूं दर्शन करे बख्शिश करके नंदरो नंदरी निहाल कर रहे ने। इन्ने नूं पंडाल दे विच एंट्री हुंदी आ मौके दी प्रधानमंत्री बीबी इंदिरा गांधी दी राणी संगत जी पंडाल दे विच आउंदी है ते संगत जी धन गुरु ग्रंथ साहब महाराज सच्चे पातशाह दी हजूरी दे विच महाराज दी हाजरी दे विच जिहड़े साडे चपली झाड़ आगू ने ना पंजाब दे जदों साडे मुल्क दी प्रधानमंत्री बीबी इंदिरा गांधी पंडाल दे विच आई ते साडे चपली झाड़ आगू उठ के खड़े हो गए ते संगत जी ज्ञानी करतार सिंह महापुरखां नूं इह गल चंगी ना लगी वी धन गुरु ग्रंथ साहब महाराज सच्चे पातशाह दी हजूरी दे विच महापुरखां दे प्रकाश दे विच कोई दुनियावी आगू आवे दुनियावी बंदा आवे उहदा सत्कार कीता जावे धन गुरु ग्रंथ साहब महाराज दी हजूरी दे विच किसे आम व्यक्ति ने आउंगे असीं उठ के खड़े होईए इहदे विच धन गुरु ग्रंथ साहब महाराज दा घटावा सच्चे पातशाह दा मनांदा है। ते संगत जी जदों साडे चपली झाड़ आगू उठ के खड़े होए ना मैं गल करता भी टकसाल सेंटर दियां अखां दे विच कदों तों रड़कणी शुरू होई ते साडे चपली झाड़ आगू उठ के खड़े हो गए ते संगत जी संतां नूं इह गल चंगी ना लगी वी धन गुरु ग्रंथ साहिब महाराज सच्चे पातशाह दी हजूरी आम दुनियावी बंदे दी कौम दे उत्ते उठ के खड़े होईए ते संगत जी दुनियावी आपां दा लै लईए भई जे कोई मान लो भी एग्जाम्पल जी कोई डीजे भी होवे पंजाब दा डायरेक्टर जनरल ऑफ पुलिस होवे ਉਹ ਬੈਠਾ ਹੋਵੇ ਤੇ ਸੰਗਤ ਜੀ ਉਦੋਂ ਇੱਕ ਆਮ ਹੋਮ ਗਾਰਡੀਆਂ ਨੇ ਆ ਜਾਵੇ ਉਹਦੇ
ਮੇਰੀ ਡਿਊਟੀ ਲਾਈ ਆ ਤੁਸੀਂ ਘੱਲੂ ਘਰ ਦਾ ਇਤਿਹਾਸ ਕਹਿਣ ਦੀ ਮੈਂ ਕੋਈ ਵੀ ਗੱਲ
लुका के ही रखनी, खिमा कर दो, बिल्कुल सच बोलना। उत्थे भावें गल कांग्रसियां दी आ जावे, भावें कांग्रसियां दी आ जावे, भावें अकालियां दी, भावें दूजे तीजे दी, जिहदी मर्जी आ जावे, सच्चे पातशाह दा गुणागार हूं। महाराज दे बचन ने कहा विसासा इस भांडे का, इतना क लागे ठनका, हर बिन कौन सहाई मन का। की पता संगत जी आ सा जिहड़ा हुण मैनू आ रिहा, पर इह कहिंदे हम आदमी है एकदम ही, एक साह दा भरोसा नहीं, खाली आवे कि ना आवे, पर सच्चे पातशाह दे चरणां विच खड़ के मैं कुसे गल नूं लुकाउणा नहीं, झूठ नहीं बोलना, सच्ची गल कहनी आ, भावें किसे नूं बुरी लगे जां खरी लगे। संगत जी आपां किसे दूजे तीजे दे कांग्रसी दे अकाली दे आम दे खास दे उपाशक नहीं, आपां मरीद हां। तां गुरु ग्रंथ साहिब बड़ा सच्चे पातशाह दे सब तों पहिलां गुरु साहिब साडे लई ने, बाद दे विच सरकारां ने। ਵੱਖਰੀ ਗੱਲ ਆ, ਸਾਨੂੰ ਕਿਸੇ ਨਾ ਕਿਸੇ ਪਾਰਟੀ ਨਾਲ ਅਟੈਚ ਹੋਣਾ ਪੈਂਦਾ। ਇੱਕ ਮੈਂ ਹੋਰ ਬੇਨਤੀ ਕਰਦੇ ਹਾਂ ਸੰਗਤ ਜੀ, ਕੋਈ ਵੀ ਪਾਰਟੀ ਸਾਰੀ ਦੀ ਸਾਰੀ ਮਾੜੀ ਨਹੀਂ ਹੁੰਦੀ, ਨਾ ਸਾਰੇ ਅਕਾਲੀ ਮਾੜੇ ਨੇ, ਨਾ ਸਾਰੇ ਕਾਂਗਰਸੀ ਮਾੜੇ ਆ, ਨਾ ਦੂਜੇ ਤੀਜੇ ਏ ਬੀ ਸੀ ਡੀ ਕੋਈ ਮਾੜਾ। ਜੇ ਉਹਦੇ ਵਿੱਚ ਮਾੜੇ ਨੇ ਤਾਂ ਚੰਗੇ ਵੀ ਬੜੇ ਹੁੰਦੇ ਨੇ, ਕਿਉਂਕਿ ਜਿਸ ਵੇਲੇ ਸ੍ਰੀ ਦਰਬਾਰ ਸਾਹਿਬ 'ਤੇ ਅਟੈਕ ਹੁੰਦਾ ਨਾ, ਜਿੱਥੇ ਸੰਗਤ ਜੀ ਸਾਡੇ ਅਖੌਤੀ ਅਕਾਲੀ ਆਗੂਆਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਸੀ, ਅਟੈਕ ਦਾ ਵਿਰੋਧ ਕਰਨਾ ਚਾਹੀਦਾ ਸੀ, ਉਲਟਾ ਉੱਥੇ ਸਰਕਾਰ ਦੀ ਸਪੋਰਟ ਕਰਦੇ ਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਬਾਦਲ ਟੌੜਾ ਤਲਵੰਡੀ ਬਰਨਾਲਾ ਲੌਂਗੋਵਾਲ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਨ ਦੀ ਬਜਾਏ ਸਪੋਰਟ ਕੀਤੀ, ਹੱਲਾਸ਼ੇਰੀ ਦਿੱਤੀ। ਆਪਾਂ ਸਾਰੇ ਪੰਜਾਬੀ ਬੈਠੇ ਹਾਂ ਇੱਥੇ, ਜੇ ਕੋਈ ਕਤਲ ਹੋ ਜਾਵੇ ਨਾ ਕਤਲ, ਤੁਸੀਂ ਮੇਰੇ ਕੋਲ ਸਾਰੇ ਸੀਨੀਅਰ ਬੈਠੇ ਹੋ, ਸਿਆਣੇ ਬੈਠੇ ਹੋ, ਮੈਂ ਤੁਹਾਡਾ ਬੱਚਾ। ਇਹ ਵੱਖਰੀ ਗੱਲ ਆ ਵੀ ਤੁਸੀਂ ਇਸ ਵੇਲੇ ਸੁਣ ਰਹੇ ਹੋ, ਮੈਂ ਸੁਣਾ ਰਿਹਾ ਤੇ ਤੁਸੀਂ ਸੁਣਾ ਸਕਦੇ ਹੋ, ਤੇ ਮੈਂ ਬਹਿ ਕੇ ਸੁਣ ਕੀ ਸਕਦਾ। ਆਪਾਂ ਮਹਾਰਾਜ ਦੇ ਸਿੱਖ ਹਾਂ, ਸੋ ਕਹਿਣ ਤੋਂ ਭਾਵ ਆਪਾਂ ਸਾਰੇ ਪੰਜਾਬੀ ਬੈਠੇ ਹਾਂ, ਜੇ ਕਿਤੇ ਕਤਲ ਹੋ ਜਾਵੇ ਨਾ ਕਤਲ, ਜੱਜ ਸੰਗਤ ਜੀ ਗੋਲੀ ਚਲਾਉਣ ਵਾਲਿਆਂ ਨੂੰ ਬਾਅਦ ਦੇ ਵਿੱਚ ਬੰਨਣਾ, ਜਿਹਨੇ ਤਲਵਾਰ ਚਲਾਈ ਹੋਵੇ ਕਤਲ ਕੀਤਾ ਹੋਵੇ ਉਹਨੂੰ ਬਾਅਦ ਦੇ ਵਿੱਚ ਸਜ਼ਾ ਦਿੰਦਾ, ਪਹਿਲਾਂ ਸਜ਼ਾ ਉਹਨੂੰ ਦਿੰਦਾ ਜਿਹਨੇ ਲਲਕਾਰਾ ਮਾਰਿਆ ਸੀ। ਜਸਟਿਸ ਜਦੋਂ ਵੀ ਇਹ ਹੁਕਮ ਸੁਣਾਉਂਦਾ ਫੈਸਲਾ ਦਿੰਦਾ, ਪਹਿਲਾਂ ਲਲਕਾਰਾ ਮਾਰਨ ਵਾਲੇ ਨੂੰ ਸਜ਼ਾ ਦਿੰਦਾ ਵੀ ਇਹਨੇ ਹੱਲਾਸ਼ੇਰੀ ਦਿੱਤੀ। ਕਹਿਣ ਤੋਂ ਭਾਵ ਜੇ ਇਹ ਵਿਰੋਧ ਕਰਦੇ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ, ਤੇ ਇਸ ਦੇ ਉਲਟ ਜਿਨ੍ਹਾਂ ਨੇ ਪਾਦਮ ਸ੍ਰੀ ਆਦਿ ਜਿਹੜੇ ਸਨਮਾਨ ਸੀ ਵਾਪਸ ਕੀਤੇ, ਉਹਨਾਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਮੌਜੂਦਾ ਮੁੱਖ ਮੰਤਰੀ ਆ ਉਹਨਾਂ ਨੇ ਵੀ ਆਪਦਾ ਮੈਡਲ ਵਾਪਸ ਕੀਤਾ, ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਦੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਬਾਨੀ ਸੀ ਉਹਨਾਂ ਨੇ ਵੀ ਆਪਦਾ ਮੈਡਲ ਵਾਪਸ ਕੀਤਾ ਬ੍ਰਿਸ਼ਟਾਚਾਰ ਦੇ ਹਮਲੇ ਦੇ ਰੋਸ ਦੇ ਵੱਲੋਂ। ਤੇ ਅਜੀਤ ਅਖਬਾਰ ਦੇ ਜਿਹੜੇ ਮੁੱਖ ਸੰਪਾਦਕ ਸੀ ਡਾਕਟਰ ਸਾਧੂ ਸਿੰਘ ਹਮਦਰਦ ਸੀਗੇ, ਉਹਨਾਂ ਨੇ ਵੀ ਆਪਦਾ ਮੈਡਲ ਵਾਪਸ ਕੀਤਾ ਸੀ। ਇਹਨਾਂ ਨੇ ਉਸ ਵੇਲੇ ਆਪਦੇ ਅਕਾਲ ਤਖ਼ਤ ਸਾਹਿਬ ਦੇ ਹਮਲੇ ਦੇ ਰੋਸ ਵਜੋਂ ਆਪਦੇ ਮੈਡਲ ਵਾਪਸ ਕੀਤੇ ਸੀ। ਤੇ ਸੰਗਤ ਜੀ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਕਿਸੇ ਦੂਜੇ ਤੀਜੇ ਦੇ ਚੇਲੇ ਨਹੀਂ, ਕਿਸੇ ਸਰਕਾਰ ਦੇ ਮਰੀਦ ਨਹੀਂ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਰੀਦ ਹਾਂ। ਕਹਿਣ ਤੋਂ ਭਾਵ ਸੰਗਤ ਜੀ ਆਓ, ਮੈਂ ਉਸਤਾਦ ਨਾਲ ਜਾਵਾਂ, ਸੰਖੇਪ ਲੱਗਦਾ ਜੀ ਬੇਨਤੀ ਕਰਾਂ, ਮੈਂ ਬੇਨਤੀ ਕਰ ਰਿਹਾ ਸੀ। ਹੁਣ ਨਾਗਧਾਰੀਆਂ ਗੁਰਬਚਨਾਂ ਕਹਿੰਦਾ ਮੈਂ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਪਦੇ ਕੂੜ ਦਾ ਪ੍ਰਚਾਰ ਕਰਾਂਗਾ। ਤੇ ਮਹਾਰਾਜ ਦੇ ਬੱਚੇ ਨੇ ਅੰਮ੍ਰਿਤਸਰ ਸਤਿਗੁਰ ਸਬਦ ਵਾਦੀ ਜਿਤਨਾ ਹੈ ਕਉਆ ਹੰਸ ਹੋਵੇ। ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਿੱਖੀ ਦੀ ਰੂਹੇ ਰਵਾ, ਸਿੱਖੀ ਦੀ ਜਿੰਦ ਜਾਨ, ਸਿੱਖੀ ਦਾ ਕੇਂਦਰੀ ਸਥਾਨ, ਅਸੀਂ ਤਨ ਆਰਿਆਂ ਨਾਲ ਚਲਵਾ ਸਕਦੇ ਹਾਂ, ਉੱਠੀਆਂ ਖੱਲਾਂ ਨਹਾ ਸਕਦੇ ਹਾਂ, ਕਿਉਂਕਿ ਸੰਗਤ ਜੀ ਤੇਲ ਬਾਲ ਕੇ ਰੋਸ਼ਨੀ ਕਰਨ ਲੋਕੀ ਨਾਲ ਲੱਗਦੇ ਵੜਦੇ ਸਮਾਧਾਨ ਸਾਡੇ। ਉਹ ਜੋੜ ਜੋੜ ਤੋਂ ਜਿਸਮ ਕਟਵਾ ਕੇ ਵੀ ਰਹਿ ਗਏ ਦਿਲ ਦੇ ਵਿੱਚ ਅਰਮਾਨ ਸਾਡੇ, ਉੱਡਦੇ ਰਹੇ ਭਾਵੇਂ ਤੂਫਾਨ ਲੱਖਾਂ ਪਰ ਝੁਕਦੇ ਰਹੇ ਨਿਸ਼ਾਨ ਸਾਡੇ। ਉਹ ਮੀਂਹ ਵਰਦਾ ਰਿਹਾ ਭਾਵੇਂ ਗੋਲੀਆਂ ਦਾ, ਫਿਰ ਵੀ ਬੁੱਕਦੇ ਰਹੇ ਜਵਾਨ ਸਾਡੇ।
संगत जी महापुरख कहते शहीद हो जाएंगे पर मूर की दुकान नहीं चलन देंगे। सो मुख की गल संगत ने बेनती की महापुरखो नरकधारियों के नाल रोटी बेटी की सांझ नहीं रखनी, इन्हों किसी किस्म का असी नाता नहीं रखना।
ਚਾਹੀਦਾ ਸੀ ਪਰ ਸੰਗਤ ਜੀ ਸੰਤਾਂ ਨੇ ਹਲੇ ਵੀ ਬਸ ਨਹੀਂ ਕੀਤੀ ਸੰਤ ਕਹਿੰਦੇ ਅਸੀਂ ਉਹਨਾਂ ਟਾਈਮ ਚੁੱਪ ਕਰਕੇ ਨਹੀਂ ਬੈਠਾਂਗੇ ਜਿੰਨਾ ਟਾਈਮ ਇਹਨੇ ਕੂੜ ਦੇ ਢੇਰੇ ਪੰਜਾਬ ਦੇ ਵਿੱਚੋਂ ਬੰਦ ਨਹੀਂ ਹੁੰਦੇ ਜਿੰਨਾ ਟਾਈਮ ਇਹਦੀਆਂ ਕੂੜ ਦੀਆਂ ਗੱਲਾਂ ਬੰਦ ਨਹੀਂ ਹੁੰਦੀਆਂ ਉਹਨਾਂ ਟਾਈਮ ਅਸੀਂ ਆਪਣੀ ਮਹਿਲ ਨੂੰ ਬੰਦ ਨਹੀਂ ਕਰਾਂਗੇ ਤੇ ਸੰਗਤ ਜੀ ਸੰਤਾਂ ਦੀ ਮਹਿਲ ਨੂੰ ਹੋਰ ਤੋਰ ਫੜਦਿਆਂ ਵੇਖ ਕੇ ਸਿੱਖ ਕੌਮ ਦੇ ਵਿੱਚ ਰੋਹ ਵੱਧਦਾ ਵੇਖ ਕੇ ਇਹਨਾਂ ਅਕਾਲੀਆਂ ਨੇ ਸੰਗਤ ਜੀ ਐਲਾਨ ਕਰਤਾ ਬਈ ਪੰਜਾਬ ਦੇ ਵਿੱਚ ਇਹਦਾ ਕੋਈ ਵੀ ਡੇਰਾ ਨਹੀਂ ਚੱਲੂਗਾ ਸਾਰੇ ਡੇਰੇ ਬੰਦ ਕੀਤੇ ਜਾਣਗੇ ਰੋਹ ਨੂੰ ਵੇਖ ਕੇ ਕੌਮ ਦਾ ਰੋਸ ਵੇਖ ਕੇ ਪਰ ਸੰਗਤ ਜੀ ਇਹ ਕੇਵਲ ਇੱਕ ਮਹਿਜ਼ ਐਲਾਨ ਹੀ ਰਹਿ ਗਿਆ ਇੱਕ ਹਫ਼ਤਾ ਮਸਾਂ ਬੀਤਿਆ ਸੱਤ ਦਿਨ ਮਸਾਂ ਲੰਘੇ ਸੈਂਟਰ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਮਰਾਰ ਜੀ ਡਸਾਈ ਦੇ ਅੱਗੇ ਗੋਟੇ ਦੇਖਦੇ ਆ ਜਲ ਸਿੰਘ ਦੇ ਅੱਗੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਗੋਡੇ ਟੇਕਦੇ ਇੱਕ ਹਫ਼ਤੇ ਬਾਅਦ ਵੀ ਐਲਾਨ ਵਾਪਸ ਲੈ ਲਿਆ ਡੇਰੇ ਫਿਰ ਖੋਲਦੇ ਕੇਵਲ ਸੰਗਤ ਜੀ ਡੇਰੇ ਹੀ ਨਹੀਂ ਖੋਲੇ ਹਰਬੰਸ ਲਾਲ ਖੰਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਕਾਈ ਦਾ ਜਿਹੜਾ ਨੇਤਾ ਸੀ ਜਨ ਸੰਘ ਦਾ ਉਹਨੇ ਐਲਾਨ ਕੀਤਾ ਬਈ ਮੈਂ ਖੁਦ ਇਸ ਗੱਲ ਦੀ ਅਗਵਾਈ ਕਰੂੰ ਮੈਂ ਖੁਦ ਡੇਰੇ ਓਪਨ ਕਰਕੇ ਆਊਂ ਮੈਂ ਜਾਊਂ ਡੇਰੇ ਖੋਲਣ ਤੇ ਸੰਗਤ ਜੀ ਇਹਦਾ ਬਹੁਤ ਵੱਡਾ ਲੇਖ ਹੈ ਨਾ ਜਿਹੜਾ ਉਸ ਵੇਲੇ ਲਾਲਾ ਜਗਤ ਨਰੈਣ ਜਿਹੜਾ ਪੰਜਾਬ ਕੇਸਰੀ ਜਲੰਧਰ ਤੋਂ ਇੱਕ ਅਖਬਾਰ ਸਕਦਾ ਮਹਾਸਿਆਂ ਦਾ ਉਹਦਾ ਮੁੱਖ ਜਿਹੜਾ ਕਰਤਾ ਧਰਤਾ ਸੀ ਮੁੱਖ ਉਹਦਾ ਸੰਪਾਦਕ ਸੀ ਮੁੱਖ ਉਹਦਾ ਮਾਲਕ ਸੀ ਉਹਨੇ ਸੰਗਤ ਜੀ ਪੂਰੀ ਵੱਡੀ ਸੁਰਖੀ ਲਾਈ ਤੇ ਸੰਗਤ ਜੀ ਸਰਕਾਰ ਨੇ ਮਾਹੌਲ ਨੂੰ ਹੋਰ ਗਰਮ ਕਰਨ ਦੇ ਲਈ ਪਹਿਲਾਂ ਮੈਂ ਨਕਦਾਰ ਕੀਤੀ ਦੋ ਮਿੰਟ ਲਈ ਹੋਰ ਗੱਲ ਕਰਦੇ ਹਾਂ ਮਾਹੌਲ ਕਿਵੇਂ ਬਣਾਇਆ ਸਰਕਾਰ ਨੇ ਬਾਅਦ 'ਚ ਗੱਲ ਕਰਦਾ ਤੇ ਸੰਗਤ ਜੀ ਜਿੱਥੇ ਪਾਪੀ ਨਕਦਾਰੀ ਆ ਇਹ ਗੱਲ ਕਹਿੰਦਾ ਸੀ ਵੀ ਸਿੱਖਾਂ ਦੇ ਗੁੱਡ ਨੇ ਪੰਜ ਪਿਆਰੇ ਸਾਜੇ ਨੇ ਮੈਂ ਸੱਤ ਸਤਾਰੇ ਸਾਜਦੇ ਤੇ ਸੰਗਤ ਜੀ ਹੁਣ 63 ਬੰਦਿਆਂ ਦੇ ਉੱਤੇ ਸੰਤਾਂ ਦੀ ਮਹਿਮ ਨੂੰ ਜ਼ੋਰ ਫੜਦਿਆਂ ਦੇਖ ਕੇ ਸਰਕਾਰ ਦੇ ਮਤਲਬ ਸਰਕਾਰ ਨੇ ਜਦੋਂ ਕੌਮ ਦਾ ਰੋਹ ਵੇਖਿਆ 63 ਬੰਦਿਆਂ ਦੇ ਉੱਤੇ ਪਰਚਾ ਦਰਜ ਹੋਇਆ ਤੇ ਸੰਗਤ ਜੀ ਇਹ ਸਾਡੇ ਅਖੌਤੀ ਅਖਾਮੀਆਂ ਨੇ ਕੇਵਲ ਉਸ ਨਰਕਧਾਰੀਆਂ ਦੀ ਕੇਵਲ ਸਪੋਰਟ ਹੀ ਨਹੀਂ ਕੀਤੀ ਜਿੱਥੇ ਇਹ ਮਹਾਸਿਆ ਅਖਬਾਰ ਦਾ ਲਾਲਾ ਜਗਤ ਨਰੈਣ ਗਵਾਹੀ ਦਿੰਦਾ ਉਸ ਨਰਕਧਾਰੀ ਦੇ ਹੱਕ ਦੇ ਵਿੱਚ ਉੱਥੇ ਅਕਾਲੀ ਮੰਤਰੀ ਜੀਵਨ ਸਿੰਘ ਉਹਨਾਂ ਲੰਗਰ ਨੇ ਵੀ ਗਵਾਹੀ ਦਿੱਤੀ ਤੇ ਉਹਨੂੰ ਬਰੀ ਕਰਵਾਇਆ ਕੇਸ ਹੀ ਨਾ ਪੰਜਾਬ ਦੇ ਵਿੱਚੋਂ ਬਦਲ ਕੇ ਹਰਿਆਣੇ ਦੇ ਵਿੱਚ ਲੈ ਕੇ ਗਏ ਤੇ ਸੰਗਤ ਜੀ ਜਿਸ ਵੇਲੇ ਉਹ ਬਰੀ ਹੁੰਦਾ ਨਾ ਕਿਉਂਕਿ ਆਪਾਂ ਜਾਣਦੇ ਹਾਂ ਵੀ ਜਿਹੜੀਆਂ ਥਾਣੇ ਨੇ ਕਚਹਿਰੀਆਂ ਨੇ ਕੋਰਟਾਂ ਨੇ ਭਾਵੇਂ ਸੁਪਰੀਮ ਕੋਰਟ ਹੈ ਜਾਂ ਹਾਈ ਕੋਰਟ ਹੈ ਇਹ ਸਰਕਾਰਾਂ ਦੇ ਗੀਸੇ ਦੇ ਵਿੱਚ ਹੁੰਦੀਆਂ ਨੇ ਸਰਕਾਰਾਂ ਦੇ ਅਧੀਨ ਹੁੰਦੀਆਂ ਨੇ ਤੇ ਜਦੋਂ ਨਰਕਧਾਰੀਆਂ ਕਰਵਚਨਾਂ 63 ਸਾਥੀਆਂ ਦੇ ਨਾਲ ਰਿਹਾ ਹੁੰਦਾ ਸਿੱਖਾਂ ਦੇ ਹਿਰਦੇ ਹੋਰ ਵੀ ਨਾਰਾ ਬਰੁੰਦਰ ਕੇ ਰੱਖ ਦਿੰਦਾ ਹੈ ਕਹਿੰਦਾ ਸਿੱਖਾ ਜਿੱਥੇ ਕਹਿੰਦਾ ਤੁਹਾਡੇ ਗੁਰੂ ਨੇ ਪੰਜ ਪਿਆਰੇ ਸਾਜੇ ਸੀ ਮੈਂ ਸੱਤ ਸਤਾਰੇ ਸਾਜੇ ਨੇ ਤੇ ਕਹਿੰਦਾ ਤੁਹਾਡੇ ਗੁਰੂ ਹਰਗੋਬਿੰਦ ਨੇ ਤਾਂ 52 ਰਿਹਾ ਕਰਵਾਇਆ ਸੀ ਮੈਂ 63 ਰਿਹਾ ਕਰਵਾ ਕੇ ਲੈ ਕੇ ਆਇਆ ਆਖੋ ਸਤਨਾਮ ਹੋਰ ਵੀ ਸਿੱਖਾਂ ਦੇ ਹਿੱਤ ਤੇ ਬਰੁੰਦਰ ਕੇ ਰੱਖਦੇ ਤੇ ਸੰਗਤ ਜੀ ਮਾਹੌਲ ਪੰਜਾਬ ਦਾ ਇਹ ਗਰਮ ਹੋ ਚੁੱਕਿਆ ਸੀ ਸੈਂਟਰ ਸਰਕਾਰ ਨੇ ਬਾਦੀ ਦੇ ਉੱਤੇ 13 ਪੌਂਟ ਦੇ ਲਈ ਸਿੱਖਾਂ ਦੀ ਜੈਨੋਸਾਈਡ ਕਰਨ ਦੇ ਲਈ ਨਸਲ ਕੁਸੀ ਕਰਨ ਦੇ ਲਈ ਸੰਗਤ ਜੀ ਮਾਹੌਲ ਨੂੰ ਹੋਰ ਗਰਮ ਕੀਤਾ ਭਾਵ ਆਪਦੀਆਂ ਏਜੰਸੀਆਂ ਦੇ ਕੋਲ ਹਿੰਦੂ ਬੱਸਾਂ ਦੇ ਵਿੱਚੋਂ ਕੱਢ ਕੇ ਰੇਲਾਂ ਦੇ ਵਿੱਚੋਂ ਕੱਢ ਕੱਢ ਕੇ ਮਰਵਾਉਣੇ ਏਜੰਸੀਆਂ ਦੇ ਕੋਲ ਸੈਂਟਰ ਦੀਆਂ ਸਰਕਾਰਾਂ ਨੇ ਤੇ ਸੰਗਤ ਜੀ ਦੂਜੇ ਦਿਨ ਇਸ ਮਹਾਸਿਆਂ ਨੇ ਆਪਦੇ ਪੰਜਾਬ ਕੇਸਰੀ ਗਰੁੱਪ ਦੇ ਅਖਬਾਰਾਂ ਦੀ ਵੱਡੀ ਸੁਰਖੀ ਲਾਉਣੀ ਪਹਿਲੇ ਪੰਨੇ ਦੇ ਉੱਤੇ ਕਿ ਭਿੰਡਰਾਂਵਾਲੇ ਦੇ ਸੰਤਾਂ ਨੇ ਭਿੰਡਰਾਂਵਾਲੇ ਸੰਤਾਂ ਦੇ ਸਾਥੀਆਂ ਨੇ ਇੰਨੇ ਹਿੰਦੂਆਂ ਨੂੰ ਬੱਸਾਂ ਤੋਂ ਕੱਢ ਕੇ ਮਾਰਤਾ ਆਖੋ ਸਤਨਾਮ ਸ੍ਰੀ ਅਕਾਲ ਮਾਰਨੇ ਏਜੰਸੀਆਂ ਨੇ ਨੌ ਭਿੰਡਰਾਂਵਾਲਿਆਂ ਦਾ ਇਸ ਮਹਾਸਿਆਂ ਨੇ ਕਰਨਾ ਸੋ ਮੁੱਖ ਦੀ ਗੱਲ ਪੰਜਾਬ ਦਾ ਐਨ ਮਾਹੌਲ ਖਰਾਬ ਕਰਤਾ ਆਹ ਸਮਾਂ ਬੜਾ ਸੀਮਤ ਆ ਸਿੱਧਾ ਮੈਂ ਹਮਲੇ ਤੇ ਗੱਲ ਲੈ ਕੇ ਚੱਲਾਂ ਹੁਣ ਸੈਂਟਰ ਸਰਕਾਰ ਨੇ ਸਾਡੀ ਜੈਨੋਸਾਈਡ ਕਰਨ ਦੇ ਲਈ ਨਸਲ ਕੁਸੀ ਕਰਨ ਦੇ ਲਈ ਸੰਗਤ ਜੀ ਪੰਜਾਬ ਦਾ ਐਨ ਜਿਹੜਾ ਸੰਪਰਕ ਆ ਦੁਨੀਆ ਦੇ ਨਾਲ ਤੋੜ ਕੇ ਰੱਖਤਾ ਇੱਥੇ ਟੈਲੀਫੋਨ ਡਾਕ ਹਵਾਈ ਜਹਾਜ਼ ਰੇਲਾਂ ਬੱਸਾਂ ਸਭ ਬੰਦ ਕਰਤੀਆਂ ਭਾਵ ਕਰਫਿਊ ਲਗਾ ਦਿੱਤਾ ਸੰਗਤ ਜੀ ਕਰਕੇ ਹਟਾ ਕਰਫਿਊ ਲਗਾ ਕੇ ਜਿਵੇਂ ਸੈਂਟਰ ਸਰਕਾਰ ਸਾਡੀ ਜੈਨੋਸਾਈਡ ਕਰਨ ਦੇ ਲਈ ਨਸਲ ਕੁਸੀ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਚਿਮਦਿਆਂ ਵਾਲਾ ਢਾਡੀ ਯਥਾ ਮੇਰੇ ਢਾਡੀ ਸਾਥ
ਦਾ ਆਦਰ ਕਰਦੇ ਹੋਏ ਆ ਸਤਿਕਾਰ ਕਰਦੇ ਹੋਏ ਆ ਢਾਡੀ ਸਿੰਘਾਂ ਨੂੰ ਮਾਣ ਸਤਿਕਾਰ ਦਿੱਤਾ ਜਾ ਰਿਹਾ ਸੋ ਸੰਗਤ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਇਹ ਨਗਰ ਬਹੁਤ ਜ਼ਿਆਦਾ ਸ਼ਹੀਦਾਂ ਦਾ ਮਾਣ ਸਤਿਕਾਰ ਕਰਦਾ ਹੈ ਸੰਗਤ ਜੀ ਮੈਂ ਕਿਸੇ ਦਾ ਬੇਲੋੜਾ ਨਾਮ ਸਕੇ ਤੋਂ ਕਦੇ ਨਹੀਂ ਲਿਆ ਕਿਸੇ ਦੀ ਬੇਲੋੜੀ ਦਾ ਵਡਿਆਈ ਕੋਈ ਨਹੀਂ ਕੀਤੀ ਪਰ ਜਿਹੜੇ ਮੇਰੇ ਪਿਆਰੇ ਸ਼ਹੀਦਾਂ ਸਿੰਘਾਂ ਦਾ ਮਾਣ ਸਤਿਕਾਰ ਕਰਦੇ ਹੈ ਨਾ ਉਹਨਾਂ ਦਾ ਨਾਮ ਲੈਣਾ ਮੈਂ ਆਪਦਾ ਫਰਜ਼ ਸਮਝਦਾ ਸੋ ਜਿਹੜੇ ਸ਼ਹੀਦਾਂ ਸਿੰਘਾਂ ਨੂੰ ਮਾਣ ਸਤਿਕਾਰ ਦਿੰਦੇ ਆ ₹500 ਰੁਪਈਆ ਮਾਣ ਭੇਜਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸੰਗਤ ਜੀ ਪੈਸੇ ਦੀ ਗੱਲ ਨਹੀਂ ਸੱਚੇ ਪਾਤਸ਼ਾਹ ਨੇ ਬੜੀਆਂ ਦਾਤਾਂ ਦਾਸ ਨੂੰ ਬਖਸ਼ਿਸ਼ ਕੀਤੀਆਂ ਘਾਟਾ ਤੁਹਾਨੂੰ ਵੀ ਕੋਈ ਨਹੀਂ ਸੱਚੇ ਪਾਤਸ਼ਾਹ ਨੇ ਮਾਣ ਤੁਹਾਨੂੰ ਵੀ ਬਹੁਤ ਬਖਸ਼ਿਸ਼ ਕੀਤਾ ਹੈ ਹਰ ਮਹਾਰਾਜ ਨੇ ਲੋੜ ਅਨੁਸਾਰ ਸਾਨੂੰ ਜਿੰਨੀਆਂ ਸਾਡੀਆਂ ਜ਼ਰੂਰੀ ਲੋੜਾਂ ਹੁੰਦੀਆਂ ਮਹਾਰਾਜ ਸਾਡੀਆਂ ਪੂਰੀਆਂ ਕਰਦਾ ਕਿਉਂਕਿ ਜ਼ਰੂਰੀ ਲੋੜ ਤਾਂ ਸੱਚੇ ਪਾਤਸ਼ਾਹ ਹਰੇਕ ਇਨਸਾਨ ਦੀ ਪੂਰੀ ਕਰਦਾ ਤੇ ਇੱਛਾਵਾਂ ਤਾਂ ਰਾਜਿਆਂ ਦੀਆਂ ਵੀ ਪੂਰੀਆਂ ਹੁੰਦੀਆਂ ਜੇ ਇੱਛਾ ਹੋਵੇ ਲੋੜ ਤੋਂ ਵੱਧ ਤਾਂ ਰਾਜੇ ਮਹਾਰਾਜਿਆਂ ਦੀ ਵੀ ਅਧੂਰੀ ਰਹਿ ਜਾਂਦੀ ਆ ਸੋ ਕਹਿਣ ਤੋਂ ਭਾਵ ਸੱਚੇ ਪਾਤਸ਼ਾਹ ਨੇ ਦਾਤਾਂ ਤੁਹਾਨੂੰ ਵੀ ਬਖਸ਼ਿਸ਼ ਬਹੁਤ ਕੀਤੀਆਂ ਨੇ ਤੇ ਘਰ ਦਾ ਸਾਨੂੰ ਨਹੀਂ ਛੱਡਿਆ ਸੋ ਗੱਲ ਕਹਿਣ ਤੋਂ ਭਾਵ ਆ ਵੀ ਜਿਹੜੇ ਸ਼ਹੀਦਾਂ ਸਿੰਘਾਂ ਦਾ ਸਤਿਕਾਰ ਕਰਦੇ ਆ ਨਾ ਉਹਨਾਂ ਦਾ ਸਤਿਕਾਰ ਕਰਨਾ ਮੈਂ ਆਪਦਾ ਫਰਜ਼ ਸਮਝਦਾ ਸੋ ਮੈਂ ਧੰਨਵਾਦ ਕਰਦਾ ਮੇਰੇ ਸਤਿਕਾਰ ਚ ਸ਼ਹੀਦ ਭਾਈ ਬਲਦੇਵ ਸਿੰਘ ਖਾਲਸਾ ਬੀਟੀਐਫ ਸਿੰਘਾਂ ਗਰੁੱਪ ਦੀ ਯਾਦ ਦੇ ਵਿੱਚ ਬੱਬਰ ਖਾਲਸਾ ਟਾਈਗਰਸ ਫੋਰਸ ਬੀਟੀਐਫ ਤੋਂ ਭਾਵ ਹੈ ਬੱਬਰ ਖਾਲਸਾ ਟਾਈਗਰਸ ਫੋਰਸ ਦੇ ਜਿਹੜੇ ਸੇਵਾਦਾਰ ਸੀ ਸਰਦਾਰ ਬਲਦੇਵ ਸਿੰਘ ਖਾਲਸਾ ਸੰਘਾ ਗਰੁੱਪ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਦੀ ਯਾਦ ਦੇ ਵਿੱਚ ₹500 ਮਾਣ ਆਇਆ ਮੈਂ ਧੰਨਵਾਦ ਕਰਦਾ ਨੰਬਰਦਾਰ ਸਾਹਿਬ ਸਰਦਾਰ ਜਸਵੰਤ ਸਿੰਘ ਜੀ ਗਿੱਲ ਸਾਹਿਬ ਦੁਆਰਾ ਫਿਰ ਸ਼ਹੀਦਾਂ ਦਾ ਮਾਣ ਕਰਕੇ ਗਏ ਆ ₹200 ਮਾਣ ਭੇਜਿਆ ਧੰਨਵਾਦ ਕਰਦੇ ਆ ਸੈਕਟਰੀ ਸਾਹਿਬ ਸਰਦਾਰ ਸੁਖਦੇਵ ਸਿੰਘ ਗਿੱਲ ਸੁਰਿੰਦਰ ਸਿੰਘ ਮਾਨ ਸਾਧੀਆਂ ਨਰ ਸਿੰਘ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਮ ਤੇ ਮਾਣ ਸਤਿਕਾਰ ਭੇਜਦੇ ਆ ਜਿਨ੍ਹਾਂ ਦੀ ਉਪਮਾ ਕਰਦਾ ਵੀਰ ਸੁਖਦੀਪ ਸਿੰਘ ਬਰਨਾਲਾ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਵੀਰ ਸੁਖਦੀਪ ਸਿੰਘ ਬਰਨਾਲਾ ਨੇ ਕਿਤਾਬ ਲਿਖੀ ਹੈ ਉਹ ਸੰਤਾਂ ਦੀ ਮਹਿਮਾ ਕਰਦਾ ਕਹਿੰਦਾ ਜਿਨ੍ਹਾਂ ਨੇੜਾ ਕਰਨਾ ਦੀਦਾਰ ਤੇਰੇ ਉਹ ਝੁਕੇ ਨਹੀਂ ਸਰਕਾਰਾਂ ਤੋਂ ਉਹ ਜਿਨ੍ਹਾਂ ਕੰਨਾਂ ਸੁਣਨੇ ਬੋਲ ਤੇਰੇ ਉਹ ਨਹੀਂ ਘਬਰਾਏ ਮਾਰਾਂ ਤੋਂ ਉਹ ਜ਼ਬਾਨੀਆਂ ਮੋਟੋਂ ਛੱਡ ਕੇ ਚਾਪ ਜੋ ਬਣ ਜਾਏ ਖੇੜਿਆਂ ਦੀ ਉਹਨੂੰ ਹੀਰ ਫਿਰ ਕਿਸੇ ਨੇ ਨਹੀਂ ਕਹਿਣਾ ਜਿਹੜਾ ਮੇਥੇ ਨਿਸ਼ਾਨੇ ਤੋਂ ਉੱਕ ਜਾਵੇ ਉਹਨੂੰ ਤੀਰ ਫਿਰ ਕਿਸੇ ਨੇ ਨਹੀਂ ਕਹਿਣਾ ਵੀਰਤਾ ਜੀ ਦੇ ਖੂਨ ਵਿੱਚ ਨਹੀਂ ਉਹਨੂੰ ਵੀਰ ਫਿਰ ਕਿਸੇ ਨੇ ਨਹੀਂ ਕਹਿਣਾ ਸੋ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਨੇ ਮੇਰੇ ਸਤਿਕਾਰ ਜੋ ਇਸ ਨਗਰ ਦੇ ਮੌਜੂਦਾ ਸਰਪੰਚ ਸਾਹਿਬ ਸਰਦਾਰ ਸ਼ਮਸ਼ੇਰ ਸਿੰਘ ਜਿਹੜੇ ਪੰਜ ਪਿਆਰੇ ਸਿੰਘ ਸਹਿਬਾਨ ਦੀ ਸੇਵਾ ਵੀ ਜਦੋਂ ਨਗਰ ਕੀਰਤਨ ਆਪਾਂ ਕਰਦੇ ਹਾਂ ਮਹਾਰਾਜ ਦੇ ਆਲਮੰਦਰ ਨਗਰ ਕੀਰਤਨ ਦੀ ਬੜੇ ਸੁੰਦਰ ਨਗਰ ਕੀਰਤਨ ਦੀ ਪੰਜ ਪਿਆਰੇ ਦੇ ਰੂਪ ਦੇ ਵਿੱਚ ਵੀ ਸੇਵਾ ਕਰਦੇ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਨੂੰ ਤੁਸੀਂ ਮਾਣ ਦਿੱਤਾ ਕਿਉਂਕਿ ਸੰਗਤ ਜੀ ਇਹ ਸੰਗਤ ਦੇ ਵਿੱਚ ਤਸੀਰ ਹੈ ਇਹ ਸੰਗਤ ਦੇ ਵਿੱਚ ਪਾਵਰ ਹੈ ਜਿਹਨੂੰ ਸੰਗਤ ਥਾਪੜਾ ਦੇ ਦਿੰਦੀ ਹੈ ਨਾ ਉਹਨੂੰ ਪੂਰੀ ਦੁਨੀਆ ਦੇ ਉੱਤੇ ਮਾਣ ਦਾ ਤਾਜ ਦਵਾ ਦਿੰਦੀ ਹੈ ਮਾਣ ਦਾ ਤਾਜ ਸੋ ਤੁਸੀਂ ਮਾਣ ਦਾ ਤਾਜ ਧਰਿਆ ਸਰਦਾਰ ਸ਼ਮਸ਼ੇਰ ਸਿੰਘ ਦੇ ਸਿਰ ਦੇ ਉੱਤੇ ਆਪਣੇ ਨਗਰ ਦੀ ਸੇਵਾ ਸੌਂਪੀ ਆ ਸਰਦਾਰ ਸ਼ਮਸ਼ੇਰ ਸਿੰਘ ਨੂੰ ਉਹਨਾਂ ਵੱਲੋਂ ਢਾਡੀ ਸਿੰਘਾਂ ਨੂੰ ₹500 ਮਾਣ ਆਇਆ ਮੈਂ ਧੰਨਵਾਦ ਕਰਦਾ ਹਾਂ ਸਮੁੱਚੀ ਗ੍ਰਾਮ ਪੰਚਾਇਤ ਦਾ ਧੰਨਵਾਦ ਔਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੈਂ ਆਪਦੇ ਵੱਲੋਂ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਸ ਗ੍ਰਾਮ ਪੰਚਾਇਤ ਨੂੰ ਏਕਤਾ ਬਖਸ਼ਿਸ਼ ਕਰੇ ਅਤੁਹਾਤ ਬਖਸ਼ਿਸ਼ ਕਰੇ ਕਿਉਂਕਿ ਸੰਗਤ ਜੀ ਏਕੇ ਦੇ ਵਿੱਚ ਬਹੁਤ ਜ਼ਿਆਦਾ ਪਾਵਰਾਂ ਨੇ ਜਿਹੜੇ ਘਰ ਦੇ ਵਿੱਚ ਅਕਸਰ ਮੈਂ ਬੇਨਤੀ ਕਰਦਾ ਹੁੰਦਾ ਜਿਹੜੇ ਘਰ ਦੇ ਵਿੱਚ ਏਕਾ ਨਾ ਉਹ ਹਮੇਸ਼ਾ ਤਰੱਕੀ ਕਰਦਾ ਜਿਹੜੀ ਗ੍ਰਾਮ ਪੰਚਾਇਤ ਦੇ ਵਿੱਚ ਏਕਾ ਉਹ ਹਮੇਸ਼ਾ ਤਰੱਕੀ ਕਰਦੀ ਆ ਕਿਉਂਕਿ ਸੰਗਤ ਜੀ ਆਧਾਰ ਦਾ ਹੱਥ ਹੈ ਜੇ ਇਸ ਤਰ੍ਹਾਂ ਰਹੂ ਨਾ ਇਹ ਇਕੱਲੀ ਇਕੱਲੀ ਉਮਰ ਭੰਨੀ ਜਾ ਸਕਦੀ ਆ ਤੋੜੀ ਜਾ ਸਕਦੀ ਆ ਤੇ ਜੇ ਕਿਤੇ ਇਹ ਹੱਥ ਏਕਾ ਕਰ ਲਵੇ ਤਾਂ ਰੂਪ ਹੀ ਬਦਲ ਜਾਂਦਾ ਇਹ ਹੱਥ ਨਹੀਂ ਰਹਿੰਦਾ ਘਸੁੰਡ ਬਣ ਜਾਂਦਾ ਤੇ ਜਿਹੜੀਆਂ
ਦਾ ਪਾਣੀ ਸੋ ਕਹਿਣ ਤੋਂ ਭਾਵ ਸੰਗਤ ਜੀ ਇੱਕ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਸੋ ਸੱਚੇ ਪਾਤਸ਼ਾਹ ਗ੍ਰਾਮ ਪੰਚਾਇਤ ਨੂੰ ਏਕਾ ਬਖਸ਼ਿਸ਼ ਕਰੇ ਉਭਾਗ ਬਖਸ਼ਿਸ਼ ਕਰੇ ਨਗਰ ਨੂੰ ਏਕਾ ਉਭਾਗ ਬਖਸ਼ਿਸ਼ ਕਰੇ ਸਮੁੱਚੇ ਨੌਜਵਾਨਾਂ ਨੂੰ ਇਸ ਨਗਰ ਦੇ ਨੂੰ ਏਕਾ ਉਭਾਗ ਬਖਸ਼ਿਸ਼ ਕਰੇ ਪ੍ਰਬੰਧਕ ਕਮੇਟੀ ਨੂੰ ਸੇਵਾਦਾਰਾਂ ਨੂੰ ਏਕਾ ਉਭਾਗ ਬਖਸ਼ਿਸ਼ ਕਰੇ ਸਮੁੱਚੇ ਪਰਿਵਾਰਾਂ ਨੂੰ ਹਾਲੇ ਏਕਾ ਉਭਾਗ ਬਖਸ਼ਿਸ਼ ਕਰਨ ਮੈਂ ਧੰਨਵਾਦ ਕਰਦਾ ਹਾਂ ਸੋ ਸੰਤ ਗਿਆਨੀ ਕਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਦੇ ਨਾਂ ਤੇ ਅਤੇ ਇਸ ਨਗਰ ਦੇ ਜਿਹੜੇ ਸ਼ਹੀਦ ਸਿੰਘ ਹੋਏ ਨੇ ਖਾੜਕੂ ਸਿੰਘ ਹੋਏ ਨੇ ਜਿਨ੍ਹਾਂ ਨੇ ਕੌਮ ਦੇ ਲਈ ਸ਼ਹਾਦਤਾਂ ਦਿੱਤੀਆਂ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਕਿਉਂਕਿ ਸੰਗਤ ਜੀ ਹਰੇਕ ਮਾਂ ਸ਼ਹੀਦ ਨੂੰ ਜਨਮ ਨਹੀਂ ਦਿੰਦੀ ਹਰੇਕ ਬੰਦੇ ਦੇ ਬਸ ਦਾ ਰੋਗ ਨਹੀਂ ਕੌਮ ਦੇ ਲਈ ਕੁਰਬਾਨੀ ਕਰਨਾ ਬਹੁਤ ਕਰਮਾਂ ਦੇ ਨਾਲ ਬੜੇ ਭਾਗਾਂ ਦੇ ਨਾਲ ਇਹ ਦਾਤ ਮਿਲਦੀ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਦਾਤ ਹੈ ਗੁਰਤਗੱਦੀ ਦੀ ਦਸ ਗੁਰੂ ਸਹਿਬਾਨ ਸਾਡੇ ਹੋਏ ਨੇ ਉਹ ਗੁਰਦਾ ਕਹਿੰਦੇ ਦੀ ਦਾਤ ਤਾਂ ਹੁਣ ਸੱਚੇ ਪਾਤਸ਼ਾਹ ਨੇ ਸਦਾ ਸਦਾ ਲਈ ਧੰਨ ਗੁਰੂ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕਰਤੀ ਤੇ ਦਸਵੇਂ ਪਾਤਸ਼ਾਹ ਨੇ ਆਪਣੇ ਪਚੰਗੀ ਵੀ ਨਹੀਂ ਸੀ ਬਚਾਏ ਬਾਬਾ ਅਜੀਤ ਸਿੰਘ ਜਹਾਜ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਸਾਰੇ ਮਹਾਰਾਜ ਨੇ ਸ਼ਹੀਦ ਕਰਵਾਏ ਸੀ ਉਹਨਾਂ ਸਦਾ ਸਦਾ ਲਈ ਧੰਨ ਗੁਰੂ ਖਾਲਸਾ ਮਹਾਰਾਜ ਨੂੰ ਸੌਂਪਤੀ ਬਖਸ਼ਿਸ਼ ਕਰਤੀ ਮਹਾਰਾਜ ਨੇ ਗੁਰਦਾ ਗੱਦੀ ਗਰਿਆਈ ਧੰਨ ਗੁਰੂ ਖਾਲਸਾ ਮਹਾਰਾਜ ਜਿਹੜੇ ਮੌਜੂਦਾ ਸਮੇਂ ਗੁਰਦਾ ਗੱਦੀ ਗਰੇ ਉਹਨੂੰ ਬਖਸ਼ਿਸ਼ ਕੀਤੀ ਦੂਜੀ ਗੁਰੂ ਘਰ ਦੇ ਵਿੱਚ ਵੱਡੀ ਦਾਤ ਹੈ ਸ਼ਹਾਦਤਾਂ ਦੀ ਦੂਜੀ ਵੱਡੀ ਦਾਤ ਹੈ ਸ਼ਹੀਦੀ ਦੀ ਤੇ ਇਹ ਸੱਚੇ ਪਾਤਸ਼ਾਹ ਕਿਸੇ ਬੰਦੇ ਨੂੰ ਬਖਸ਼ਿਸ਼ ਕਰਦੇ ਆ ਕਿਸੇ ਕਰਮ ਵਾਲੇ ਨੂੰ ਬਖਸ਼ਿਸ਼ ਕਰਦੇ ਆ ਤੇ ਜਿਹੜੇ ਇਸ ਨਗਰ ਦੇ ਉਹ ਅਨਮੋਲ ਹੀਰੇ ਹੋਏ ਨੇ ਉਹਨਾਂ ਦੇ ਨਾਮ ਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ 500 ਰੁਪਏ ਆਇਆ ਮੈਂ ਧੰਨਵਾਦ ਕਰਦਾ ਆਓ ਮੈਂ ਸਥਾਪਨਾ ਜਾਵਾਂ ਇਤਿਹਾਸ ਨੂੰ ਸੰਪੂਰਨ ਕਰਾਂ ਤਕਰੀਬਨ ਇੱਕ ਦੋ ਚੀਜ਼ਾਂ ਜਲਦੀ ਦਾ ਦਿੱਤਾ ਕਿ ਮੈਂ ਕਿਵੇਂ ਮੰਗ ਲੈਣੀ ਹੈ ਤੇ ਸੰਗਤ ਜੀ ਇੱਥੋਂ ਦੀ ਡਾਕ ਇੱਥੋਂ ਦੀ ਹਵਾਈ ਯਾਤਰਾ ਇੱਥੋਂ ਦੇ ਟੈਲੀਫੋਨ ਕਹਿਣ ਤੋਂ ਬਾਅਦ ਪੂਰੇ ਦੁਨੀਆ ਦੇ ਨਾਲੋਂ ਪੂਰੇ ਸੰਸਾਰ ਦੇ ਨਾਲੋਂ ਪੰਜਾਬ ਦਾ ਸੰਪਰਕ ਹੀ ਤੋੜਦਾ ਐਨ ਲਾ ਕੇ ਨਾ ਪੰਜਾਬ ਦੇ ਵਿੱਚ ਕਰਫਿਊ 7 ਲੱਖ ਫੌਜ ਪੰਜਾਬ ਦੇ ਵਿੱਚ ਭੇਜੀ ਗਈ ਤੇ ਉਹਨਾਂ ਦੀ ਸਪੋਰਟ ਕਰਨ ਦੇ ਲਈ ਪੰਜਾਬ ਪੁਲਿਸ CRP BSF ਇਹ ਤਿੰਨੇ ਉਹਨਾਂ ਦੀ ਸਪੋਰਟ ਕਰ ਰਹੀਆਂ ਸੀ ਕਿਉਂਕਿ ਪਹਿਲਾਂ ਇਹ ਕੰਮ ਸੌਂਪਿਆ ਗਿਆ ਸ੍ਰੀ ਦਰਬਾਰ ਸਾਹਿਬ ਦੇ ਅਟੈਕ ਕਰਨ ਦਾ ਪੰਜਾਬ ਪੁਲਿਸ ਉਹਨੇ ਅੱਜ ਕਿਤੇ ਕਰ ਦਿੱਤਾ ਕਹਿੰਦੇ ਸਾਡੇ ਮਾਤਾ ਰੋ ਨਹੀਂ ਫਿਰ CRP ਨੂੰ ਫਿਰ BSF ਨੂੰ ਸੋ ਕਹਿਣ ਤੋਂ ਬਾਅਦ ਫਿਰ ਫੌਜ ਭੇਜੀ ਗਈ 7 ਲੱਖ ਫੌਜ ਪੰਜਾਬ ਦੇ ਵਿੱਚ ਭੇਜੀ 7 ਲੱਖ ਫੌਜ 1.5 ਲੱਖ ਫੌਜ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਉਂਦੀ ਹੈ ਤੇ 2 ਲੱਖ ਫੌਜ ਹੈ ਜਿਹੜੀ ਪੰਜਾਬ ਦੇ ਵਿੱਚ 20 ਕਿਲੋਮੀਟਰ ਪਿੱਛੇ ਜਿਹੜੀ ਰਾਖਵੀ ਰੱਖੀ ਗਈ ਵੀ ਜਿੱਥੇ ਲੋੜ ਪਵੇ ਉੱਥੇ ਭੇਜੀ ਜਾਵੇ ਉਹ ਕਸ਼ਮੀਰ ਤੋਂ ਲੈ ਕੇ ਉਹ ਗੰਗਾਨਗਰ ਤੱਕ ਜਿੰਨੀ ਵੀ ਪੰਜਾਬ ਦੀ ਪਾਕਿਸਤਾਨ ਦੇ ਨਾਲ ਬਾਰਡਰ ਲੱਗਦੀ ਸੀ ਉਹ ਸਾਰਾ ਬਾਰਡਰ ਜਿੰਨੀ ਵੀ ਹੱਦ ਸੀ ਸਾਰੀ ਸੀਲ ਕਰਦੀ ਸੋ ਕਹਿਣ ਤੋਂ ਬਾਅਦ ਪੰਜਾਬ ਦਾ ਸਾਰਾ ਸੰਪਰਕ ਆ ਜਿਹੜਾ ਪੂਰੇ ਦੁਨੀਆ ਦੇ ਨਾਲ ਤੋੜ ਕੇ ਹੁਣ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਪ੍ਰੋਗਰਾਮ ਲਿਖਿਆ ਗਿਆ ਤੇ ਸੰਗਤ ਜੀ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਕਿਉਂਕਿ ਉਹ
पातशाह 19 दिनी कौम शहीदी दिहाड़ा मना रहे सी। बहुत सारिया संगत श्री दरबार साहब गई हुई सी ते निहत्थे 12 सिख उस वेले शहीद हो गए 1 जून नूं।
चढ़ के चिमंडिया वाले ढाडी इतने ढाडी सतनाम सिंह चिमंडे के साथियों परसों आप जी ने यह इतिहासक कविता सरने की है। बहुत सारिया संस्था वालों गुप्त तौर पर भी माण है सारे का तह दिलो धन्यवाद क्योंकि किसी आख्या कौमां की जिंदगी कई मलख देने दान दानिया दे किसी ताकत तलवार को मुख मनिया किसी फलसफे दसे रूहानिया दे सारिया गल् ही चंगी ने चंगे गुण चंगी निशानिया ने तत्त सियाने कट के हकोम जिंदगी कुरबानिया ने कुरबानिया भरे इतिहास का आदर करते हुए सत्कार करते हुए बिरत नगर निवासी संत बिरत मान सत्कार भेज रही है सारे का तह दिलो धन्यवाद सच्चे पातशाह जी प्रबंध कर एक दाग बख्शिश कर सिखी पानी मन बख्शिश कर त्यार संगत जी अज के इस दीवान की आखिरी आइटम ढाडी वार कह के क्योंकि दिता हुआ समा तकरीबन मेरे पांच मिनट बाकी ने दो घंटे का समा मेरे अति सत्कार योग सिकतरी साहब सिकंदर साहब मेरे बहुत ही करीबी दोस्तों विचों आदर सत्कार योग भरावों वालों मेरे आदर सत्कार योग वीर के विचों जे इस नगर के ने सरदार सुखदेव सिंह होरी उन्होंने वालों अनाउंस होया सी दो घंटे का समा मेरी झोली पिया सी सो उहदे विचों मेरे पांच मिनट बाकी रहिंदे ने ते इन्हां पांच मिनटां दे विच मैं लेक्चर की कहना है ते हो सकता खिमा कर दिओ पांच सत्त मिनट आपां उपर लै जाईए ढाडी वार कह के मैं अज दे इस दीवान की समाप्ति करा ਸੰਗਤ ਜੀ ਹੁਣ 2 ਜੂਨ ਦਾ ਸੂਤ ਚੜਿਆ 2 ਜੂਨ ਨੂੰ ਰਾਤ ਨੂੰ 8 ਵਜੇ ਮੁੱਕੇ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਜਿਉਂ ਹੀ ਬੀਬੀ ਇੰਦਰਾ ਗਾਂਧੀ ਰਾਸ਼ਟਰ ਨੂੰ ਸੰਬੋਧਨ ਕਰਕੇ ਹਟਦੀ ਹੈ ਨਾ ਤੇ ਨਾਲ ਲੱਗਦੇ ਫੌਜ ਨੇ ਸੰਗਤ ਜੀ ਸ੍ਰੀ ਦਰਬਾਰ ਸਾਹਿਬ ਨੂੰ ਜਿਹੜਾ 7 ਲੱਖ ਫੌਜ ਨੇ ਘੇਰਾ ਪਿਆ ਸੀ ਨਾ ਤੇ ਸੰਗਤ ਜੀ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਕਰਕੇ ਸ਼ਰਾਬੀ ਕਰਕੇ ਨਸ਼ੇ ਦੇ ਵਿੱਚ ਤੁੰਨ ਕਰਕੇ ਸਮੇਤ ਬੂਟਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਫੌਜ ਭੇਜੀ ਗਈ ਤੇ ਸੰਗਤ ਦੀ ਫੌਜ ਨੂੰ ਇਹ ਸਖ਼ਤ ਹਦਾਇਤਾਂ ਸੀ ਬਈ ਭਾਵੇਂ ਕਿਸੇ ਵੀ ਚੀਜ਼ ਦਾ ਨੁਕਸਾਨ ਹੋ ਜਾਵੇ ਕੋਈ ਕਤਲ ਹੋ ਜਾਵੇ ਕਤਲ ਮਾਫ਼ ਕੋਈ ਵੀ ਤੁਸੀਂ ਕਿਸੇ ਦਾ ਮਤਲਬ ਕੋਈ ਵੀ ਕਿਸੇ ਔਰਤ ਦੀ ਬੇਇੱਜ਼ਤੀ ਕਰ ਦਿਓ ਤੁਹਾਨੂੰ ਕੋਈ ਵੀ ਸਜ਼ਾ ਨਹੀਂ ਕੋਈ ਦੋਸ਼ ਨਹੀਂ ਤੁਸੀਂ ਬਰੀ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਮੁੱਖ ਦੀ ਗੱਲ ਸੰਗਤ ਜੀ ਸਾਰੇ ਹੁਕਮ ਸੀ ਵੀ ਵੱਧ ਤੋਂ ਵੱਧ ਸਿੱਖਾਂ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਟਾਰਗੇਟ ਕਰਨਾ ਵੱਧ ਤੋਂ ਵੱਧ ਜਿੰਨੇ ਵੀ ਮੌਤ ਦੇ ਉਹਨਾਂ ਦੇ ਸ਼ਬਦਾਂ ਅਨੁਸਾਰ ਸਾਡੇ ਤਾਂ ਕੌਮ ਦੇ ਹੀਰੇ ਨੇ ਸਾਡੇ ਦੇ ਸ਼ਹੀਦ ਨੇ ਪਰ ਉਹਨਾਂ ਦੇ ਸ਼ਬਦਾਂ ਦੇ ਵਿੱਚ ਕਹਿੰਦੇ ਜਿੰਨਿਆਂ ਨੂੰ ਵੀ ਤੁਸੀਂ ਮੌਤ ਦੇ ਘਾਟ ਉਤਾਰਦੇ ਹੋ ਉਨਾ ਹੀ ਘੱਟ ਹੈ ਤੇ ਕਹਿੰਦੇ ਪਿੰਡਰਾਂ ਵਾਲਿਆਂ ਨੂੰ ਮੁਰਦਾ ਨਾ ਜਿਉਂਦਾ ਤੇ ਸੰਗਤ ਜੀ ਜਨਰਲ ਕੁਲਦੀਪ ਬਰਾੜ ਜਿਹੜਾ ਉਸ ਮੋਰਚੇ ਦੀ ਬੈਠਿਆ ਦੇ ਨਾਲ ਅਗਵਾਈ ਕਰ ਰਿਹਾ ਸੀ ਆਰਸ ਦਿਆਲ ਦੇ ਨਾਲ ਅਗਵਾਈ ਕਰ ਰਿਹਾ ਸੀ ਸੁੰਦਰ ਜੀ ਅਰੋਹਣ ਦੇ ਨਾਲ ਅਗਵਾਈ ਕਰ ਰਿਹਾ ਸੀ ਸੰਗਤ ਜੀ ਮੋਕੇ ਦੇ ਜਿਹੜੇ ਸਰਦਾਰ ਗੁਰਦੇਵ ਸਿੰਘ ਹੋਣੀ ਨਾਲ ਜਾਗਦੀ ਜ਼ਮੀਨ ਵਾਲੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀਸੀ ਸੀਗੇ ਡਿਪਟੀ ਕਮਿਸ਼ਨਰ ਸੀਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਉਹਨਾਂ ਦੇ ਕੋਲੇ ਜਨਰਲ ਕੁਲਦੀਪ ਬਰਾੜ ਜਾਂਦਾ ਹੈ ਕਹਿੰਦਾ ਸਰਦਾਰ ਗੁਰਦੇਵ ਸਿੰਘ ਨੂੰ ਕਿ ਤੁਸੀਂ ਸਾਈਨ ਕਰਦੇ ਹੋ ਸਿਗਨੇਚਰ ਕਰਦੇ ਹੋ ਸਾਨੂੰ ਮਨਜ਼ੂਰੀ ਦੇ ਦਿਓ ਅਸੀਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰ ਸਕੀਏ ਤੇ ਸੰਗਤ ਜੀ ਸਰਦਾਰ ਗੁਰਦੇਵ ਸਿੰਘ ਦੀ ਜਿਹੜੀ ਜ਼ਮੀਰ ਹੈ ਨਾ ਜਾਣਦੀ ਸੀ ਉਹਨੇ ਇਨਕਾਰ ਕਰ ਦਿੱਤਾ ਉਹ ਕਹਿੰਦਾ ਨਹੀਂ ਮੇਰੇ ਸੈਨਾ ਦੇ ਨਾਲ ਮੇਰੇ ਦਸਤਖਤਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਵੇ ਮੈਂ ਇਸ ਮਿਸ਼ਨ ਦਾ ਕਹਿੰਦਾ ਮੈਂ ਅੰਗ ਨਹੀਂ ਬਣਾਂਗਾ ਇਹਨਾਂ ਦਾ ਕਹਿੰਦਾ ਮੈਂ ਨਾਲ ਭਾਗੀਦਾਰ ਨਹੀਂ ਬਣਾਂਗਾ ਕਹਿੰਦਾ ਮੈਂ ਬਿਲਕੁਲ ਸਹਿ ਨਹੀਂ ਕਰਾਂਗਾ ਹਾਂ ਕਹਿੰਦਾ ਰਾਸ਼ਟਰਪਤੀ ਦੀ ਮਨਜ਼ੂਰੀ ਮੈਨੂੰ ਦਿਖਾਓ ਤੇ ਸੰਗਤ ਜੀ ਕੁਲਦੀਪ ਬਰਾੜ ਕਹਿੰਦਾ ਗੁਰਦੇਵ ਸਿੰਘ ਨੂੰ ਜਿਹੜੇ ਜਾਗਦੀ ਜ਼ਮੀਰ ਦੇ ਸੀ ਕਹਿੰਦਾ ਕੇਵਲ 2 ਘੰਟੇ ਦੀ ਮਨਜ਼ੂਰੀ ਦੇ ਦਿਓ ਕੇਵਲ 2 ਘੰਟੇ ਦੀ ਕਹਿੰਦਾ ਰਾਤੋ ਰਾਤ ਕਹਿੰਦਾ ਬਲਕਿ ਤਾਂ 1.5 ਘੰਟਾ ਹੀ ਬਹੁਤ ਹੈ 1.5 ਘੰਟੇ ਦੇ ਵਿੱਚ ਹੀ ਕਹਿੰਦਾ ਰਾਤੋ ਰਾਤ ਕਹਿੰਦਾ ਨੈਤਨੇਮ ਦੇ ਵਿੱਚ ਕਹਿੰਦਾ ਵਿਗੜੀ ਪੈਣ ਦਿਆਂਗੇ ਕਹਿਣ ਤੋਂ ਭਾਵ ਕਹਿੰਦਾ ਬਸ
चुटकी बजाऊ आखिर हो रही है डेढ़ घंटा कहना घंटा डेढ़ घंटा मसा लगना है कहना दो घंटे की तुम मुहूर्त दे दो साहब ते सरदार गुरदेव सिंह ने इनकार कर दिया जी जमीर जा रही थी संगत जी वो चलिया गया घर ते संगत जी इन्होंने आप जी बिहार केंद्र के रमेश चंद्र लिया के उन्होंने आप जी डीसी ला के डिप्टी कमिश्नर श्री अमृतसर साहब ला के उन्हें सैन्यों के श्री दरबार साहब से हमला किया संगत जी ज्यों ही बीती रात को 8 बजे 3 जून 2 जून राष्ट्र संबोधन करके हटते हैं ना 2200 जवान जिहड़ा श्री दरबार साहब की परिक्रमा के दाखिल होंगे 1700 जवान उन्होंने कबर फायरिंग करने के लिए सुरक्षा कवच बना के क्रॉस फायरिंग करने के लिए मोर्चन से गोली चलाने के लिए उन्होंने सपोर्ट करने के लिए 1700 जवान सुरक्षा कवच बना के भेजा जाता कहने तो भाव 3900 जवान जिहड़ा रात को 8 बजे 2 जून श्री दरबार साहब रींगदा होया लिट के एंट्री करता है तो संगत जी तो जनरल सुरेख सिंह साहब ने 1 जून में भावें साढ़े 12 सिख शहीद हो गए पर गोली चलाने जनरल सुरेख सिंह का हुक्म से मनाही की हुई थी कि सिंह एक भी गोली साड़ी अजाई नहीं जानी चाहिए एक भी गोली साड़ी अजाई नहीं जानी चाहिए क्योंकि असला बड़ा सीमित है गोलियां बड़िया सीमित ने सेंटर की जी फौज से उन्हें मुझे घाटे ही नहीं किसी गल का तोपां टैंकों के बजेंटा टैंकों के रूस दहादरबंद गड्डिया 7 लाख फौज आई हुई थी केवल अंदर के सैकड़े 200-300-400 मर्जी बड़ा सी समझे ने से उन्हें वाले साथी महापुरखा के जनरल सुरेख सिंह का हुक्म से भी एक भी गोली अजाई नहीं जानी चाहिए सो कह तो भाव इन्होंने आपे जाने 1 जून रुक रुक के बैरिंग करके 12 सिंह शहीद करके मोर्चा की निशानदेही की शराब के नशे के दरबार साहब मखिया दिया मखिया पर चार छपरे फैल जाता परिक्रमा चे ज्यों ही सारे परिक्रमा 3900 घट जा रहे हैं फौजी दरबार साहब के गलियारे परिक्रमा के फैल जाते हैं ते बागी ताकी सिट के उत्ते जनरल सुरेख सिंह ने इको ही कोड वरत्या इको ही बागी ताकी सिट के उत्ते इशारा किया सिंघां नूं जिहड़े मोर्चे संभाली बैठे सी ते गुरु क्या लाला ने संगत जी छड के चकारे ऐसी फैरन कीती पहले हमले बिना किसी सिख दे शहीद होया जिहड़ा 100 घट 4000 फौजी दाखल होया सी उहदे 3800 फौजी ਉਹ ਲਿਖਿਆ ਪਰ ਕਿਤੇ ਨਾ ਕਿਤੇ ਉਹ
ਕਿਹਾ ਤੇ ਮੈਂ ਯਾਦ ਕਰਾਉਂਦਾ ਉਹਦੇ ਲਿਖੇ ਹੋਏ ਬੋਲ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਿਹੜੀ ਮੈਂ ਕੱਲ੍ਹ ਟ੍ਰੂ ਸਟੋਰੀ 1984 ਨਿਊਜ਼ ਕਰਤੀ ਮੈਂ ਤੁਹਾਡੇ ਸਾਹਮਣੇ ਰੱਖ ਲਿਆ ਉਹ ਕਿਤਾਬ ਦੀ ਇਹ ਕਹਿੰਦਾ ਸੀ 4500 ਫੌਜੀ ਪਹਿਲੇ ਕਹਿੰਦਾ ਹਮਲੇ ਦੇ ਵਿੱਚ ਐਂਟਰ ਕੀਤਾ ਜਿਹਦੇ ਵਿੱਚੋਂ 3800 ਸਿੰਘਾਂ ਨੇ ਪਹਿਲੇ ਹਮਲੇ ਝਾੜਦੇ ਤੇ ਕਹਿੰਦਾ ਸਾਡੀ ਸੀਐਨਡੀ ਇੰਨੀ ਨਕੰਮੀ ਨਿਕਲੀ ਕਹਿੰਦਾ ਅਸੀਂ ਸਮਝਦੇ ਸੀ ਭਿੰਡਰਾਲਾ ਆ ਚੌੜੇ ਮੂੰਹ ਵਾਲੀਆਂ ਰੱਖਣਾ ਲਾਸ਼ਾਂ ਤੇ ਫਿਰ ਇਹਨਾਂ ਨੇ ਕੀ ਕੀਤਾ
शाम तक इंतजार किया। संगत जी शाम को जो पहले हमले फौज जी 4900 भेजी सी सिंह ने 3800 गड्डी चाढ़ती तो हम इन्होंने दूजा हमला किया हैलीकॉप्टर जहाजा दे रहे 900 जवान इन्होंने 60-60 ग्रनेड दे के बुलेट प्रूफ जागता पा के इदा दियां वर्दियां आपके जवानों को दित्तियां जिहड़े सिरां दे उत्ते बुलेट प्रूफ हैलमेट लेके गए सी और पैरों तक बुलेट प्रूफ वर्दियां दे नाल ऐन कच्चे होए सी ढके होए सी ते इन्हां नूं 60-60 ग्रनेड दे के हैलीकॉप्टरां राहीं 3-4 जून की विचकार की रात को श्री दरबार साहब दियां नाल लगदियां उच्चियां इमारतां दियां छतां दे उत्ते फौज नूं उतारे गया 900 जवान उतारिया गया जिन्हां नूं 60-60 ग्रनेड दित्ते गए 60-60 ग्रनेड ते संगत जी उही गल फिर हुई संत जिंदिया सिंह खालसा भिंडरा वाले जी मोर्चे की अगवाई कर रहे थे जनरल सुरेख सिंह साहब ते संगत जी उन्होंने बिल्कुल भी मनाही की हुई सी भी किसी ने साड़ी आयाज तो दो बिना फजर रिंग नहीं करनी गोली नहीं चलानी। मैं संखेप संखेप बेनती करा प्रार्थना जावा संगत जी ਉਹ ਕਹਿੰਦਾ ਜਦੋਂ ਸਾਡੇ 900 ਜਵਾਨ ਕਮਾਂਡੋ ਨੇ ਐਨ ਕਿਹਾ ਬੁਲਟ ਪ੍ਰੂਫ ਬੰਦੀਆਂ ਪਾ ਕੇ 60-60 ਗ੍ਰਨੇਡ ਦੇ ਲੈ ਕੇ ਕਹਿੰਦਾ ਦਰਬਾਰ ਸਾਹਿਬ ਦੀਆਂ ਇਮਾਰਤਾਂ ਦੀਆਂ ਛੱਤਾਂ ਤੇ ਸਵੇਰੇ 3-4 ਜੂਨ ਦੀ ਵਿਚਕਾਰ ਦੀ ਰਾਤ ਨੂੰ ਉਤਰ ਚੁੱਕਿਆ ਸੀ ਕਹਿੰਦਾ ਉਹ ਇੰਨੇ ਉਤਾਰਲੇ ਇੰਨੇ ਉਤਾਰਲੇ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਲਈ ਨਾਰਖਾ ਬੜੀਆਂ ਟੀਕਾ ਲਾਉਂਦਾ ਸੀ ਸਭ ਤੋਂ ਪਹਿਲਾਂ ਪੌੜੀ ਲੈ ਕੇ ਗਿਆ ਸੀ ਤੇ ਇਸੇ ਤਰ੍ਹਾਂ ਕਹਿੰਦਾ ਸਾਡੇ ਜਵਾਨ ਕਹਿੰਦਾ ਪਾ ਕੇ ਬੁਲਟ ਪ੍ਰੂਫ ਜਾਗਦਾ ਲੈ ਕੇ 60-60 ਗ੍ਰਨੇਡ ਕਹਿੰਦਾ ਜਦੋਂ 900 ਜਵਾਨ ਕਹਿੰਦਾ ਅਸੀਂ ਛੱਤਾਂ ਦੇ ਉਤਾਰਦਾ ਕਹਿੰਦਾ ਉਹਨਾਂ ਨੂੰ ਅਸੀਂ ਟਾਈਮ ਦਿੱਤਾ ਸੀ ਹਮਲਾ ਕਰਨ ਦਾ ਵੀ ਇੰਨੇ ਟਾਈਮ ਤੇ ਤੁਸੀਂ ਹਮਲਾ ਕਰਨਾ ਪਰ ਕਹਿੰਦਾ ਉਹ ਇੰਨੇ ਕਾਲੇ ਦਿੱਤੇ ਟਾਈਮ ਤੋਂ ਵੀ ਪਹਿਲਾਂ ਹੀ ਇਜਾਜ਼ਤ ਮੰਗਣ ਕਹਿੰਦਾ ਬਾਕੀ ਡੱਕੇ ਸਿੱਟਾਂ ਦੇ ਉੱਤੇ ਵੀ ਸਾਨੂੰ ਜਲਦੀ ਇਜਾਜ਼ਤ ਦਿਓ ਤਾਂ ਕਿ ਅਸੀਂ ਮਘੋੜਿਆਂ ਦੇ ਉੱਤੇ ਦੀ ਗ੍ਰਨੇਡ ਸਿੱਟ ਕੇ ਭਿੰਡਰਾਂ ਨੂੰ ਹੱਥੋਂ ਹੱਥੀ ਗ੍ਰਿਫਤਾਰ ਕਰਕੇ ਦਿੱਲੀ ਮਾਰ ਦਈਏ ਤਾਂ ਕਿ ਸਾਨੂੰ ਪਰਮਵੀਰ ਚੱਕਰ ਮਿਲਣ। ਕਹਿੰਦਾ ਪਰਮਵੀਰ ਚੱਕਰ ਪ੍ਰਾਪਤ ਕਰਨ ਦੇ ਲਈ ਬਹੁਤ ਹੈ ਕਾਲੇ ਦਿੱਤੇ ਹੋਏ ਟਾਈਮ ਤੋਂ ਵੀ ਪਹਿਲਾਂ ਹੀ ਕਹਿੰਦਾ ਇਜਾਜ਼ਤ ਮੰਗੀ ਜਾਣ। ਪਰ ਕਹਿੰਦਾ ਜਦੋਂ 900 ਜਵਾਨ ਕਹਿੰਦਾ ਜਿੰਨਾ ਟਾਈਮ ਉਤਰਿਆ ਨਾ ਜਿੰਨਾ ਟਾਈਮ ਐਨ ਕਹਿੰਦਾ ਚਾਰ ਚੁਪਰੇ ਛੱਤਾਂ ਦੇ ਉੱਤੇ ਫੈਲੇ ਨਹੀਂ ਉਹਨਾਂ ਟਾਈਮ ਕਿਸੇ ਸਿੰਘ ਨੇ ਗੋਲੀ ਨਹੀਂ ਚਲਾਈ। ਕਹਿੰਦਾ ਉਧਰੋਂ ਐਸੀ ਆਕਾਸ਼ ਦੇ ਵਿੱਚੋਂ ਬਿਜਲੀ ਕੜਕੀ ਭਾਵ ਬਾਕੀ ਡਾਕੀ ਸਿੱਟ ਦੇ ਉੱਤੇ ਜਨਰਲ ਸੁਨੀਲ ਸਿੰਘ ਨੇ ਐਸੀ ਆਯਾਤ ਦਿੱਤੀ ਐਸਾ ਕਹਿੰਦਾ ਗੋਲੀਆਂ ਦਾ ਮੀਂਹ ਭਰਿਆ ਸਾਡੇ 900 ਦੇ 900 ਜਵਾਨ ਹੀ ਗੱਡੀ ਚਾੜਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਬੇਰਾ ਦਾ ਉਚਾੜ ਕੇ ਰੱਖਦੇ ਬੇਰਾ ਦਾ ਦੂਜਾ ਹਮਲਾ ਵੀ ਸਿੰਘਾਂ ਨੇ ਐਨ ਕਿਹੜਾ ਠੋਕ ਕੇ ਜਵਾਬ ਦਿੱਤਾ ਤੇ ਸੰਗਤ ਜੀ ਹੁਣ 4 ਜੂਨ ਦਾ ਦਿਨ ਚੜਿਆ ਤੇ ਸੰਗਤ ਜੀ ਆਪਾਂ ਮਹਾਰਾਜ ਦੀ ਹਜ਼ੂਰੀ ਹੈ ਵੈਸੇ ਆਪਾਂ ਠੇੜ ਜਿਹਾ ਇਹ ਸ਼ਬਦ ਵਰਤ ਲੈਂਦੇ ਹਾਂ ਸਾਡੀ ਪੰਜਾਬੀ ਦੀ ਵੋਕੈਬਲਰੀ ਦਾ ਸ਼ਬਦ ਕੋਸ਼ ਦਾ ਇਹ ਸ਼ਬਦ ਆ ਵੈਸੇ ਚਲੋ ਆਪਾਂ ਇੰਗਲਿਸ਼ ਦਾ ਸ਼ਬਦ ਜਿਹੜਾ ਯੂਜ਼ ਕਰ ਲੈਂਦੇ ਆਪਾਂ ਬੈਂਕ ਦੀ ਸੰਗਤ ਜੀ ਇਹ ਕਿਸੇ ਆਮ ਬੰਦੇ ਦੀ ਲਿਖੀ ਗੱਲ ਨਹੀਂ ਇਹ ਕੁਲਦੀਪ ਬਰਾੜ ਆਪ ਲਿਖਦਾ ਹੈ ਉਹਦੀ ਮੌਤ ਪੰਜਾਬ ਦੇ ਡਾਕਟਰਾਂ ਦਾ ਠੀਕ ਨਹੀਂ ਸੀ ਹੋਈ ਜਦੋਂ ਦੋ ਹਮਲੇ ਪਹਿਲੇ ਪੰਜਾਬੀ ਆ ਸਾਡਾ ਸ਼ਬਦ ਆ ਇਹ ਤੁਹਾਡੀ ਵੋਕੈਬਲਰੀ ਦਾ ਸ਼ਬਦ ਕੋਸ਼ ਦਾ ਤੇ ਸੰਗਤ ਜੀ ਉਹਨੂੰ ਟੱਟੀਆਂ ਲਾ ਗਈਆਂ ਤੇ ਸੁਣ ਨੂੰ ਭਾਵਾਂ ਉਤਰਿਆ ਲੱਗਦਾ ਕਿਉਂਕਿ ਹੁਣ ਅਸੀਂ ਥੋੜ੍ਹੇ ਜਿਹਾ ਇੰਗਲਿਸ਼ ਦੇ ਸ਼ਬਦ ਜਿਹੜੇ ਬਹੁਤ ਯੂਜ਼ ਕਰਦੇ ਹਾਂ ਬੜੀ ਖਾਪਟ ਜੀ ਹੋ ਗਈ ਕਿਵਾਂ ਕਰਦੇ ਹਾਂ ਤੇ ਕਹਿੰਦਾ ਮੈਂ PCI ਇਲਾਜ ਕਰਵਾਉਣ ਗਿਆ ਕਹਿੰਦਾ ਇੱਥੋਂ ਡਾਕਟਰਾਂ ਤੋਂ ਕਹਿੰਦਾ ਗੋਲੀਆਂ ਦੇ ਕੇ ਟੀਕੇ ਲਾ ਕੇ ਠੀਕ ਨਹੀਂ ਸੀ ਉੱਥੋਂ ਮੈਂ ਓਪਰਾ ਲਵਾ ਕੇ ਆਇਆ ਕਹਿੰਦਾ ਰਾਤ ਦੇ 8 ਵਜੇ ਤੱਕ ਕਾਰਵਾਈ ਪੈਂਡਿੰਗ ਕਰਤੀ ਤੇ ਸੰਗਤ ਜੀ ਮੈਂ ਰਾਤ ਨੂੰ ਕਹਿੰਦਾ ਜਦੋਂ ਮੈਂ ਚੰਡੀਗੜ੍ਹੋਂ PCI ਤੋਂ ਇਲਾਜ ਕਰਾ ਕੇ ਗਲੂਕੋਜ਼ ਦੀਆਂ ਬੋਤਲਾਂ ਲਵਾ ਕੇ ਕਹਿੰਦਾ ਉੱਥੋਂ ਆਪਣੀਆਂ ਲੈਟਰੀਨਾਂ ਲੱਗੀਆਂ ਹੋਈਆਂ ਦਾ ਇਲਾਜ ਕਰਾ ਕੇ ਜਿਹੜਾ ਡੀਂਗਾ ਮਾਰਦਾ ਸੀ ਇਹ ਗੱਲ ਮੈਂ ਤਾਂ ਕਹੀ ਹੈ ਜਿਹੜਾ 1.5 ਘੰਟਾ ਸੰਤਾਂ ਨੂੰ ਗ੍ਰਿਫਤਾਰ ਕਰਨ ਦੀਆਂ ਡੀਂਗਾ ਮਾਰਦਾ ਸੀ ਪੰਜਾਬ ਦੇ ਡਾਕਟਰਾਂ ਤੋਂ ਉਹਦੀ ਮੌਤ ਠੀਕ ਨਹੀਂ ਸੀ ਹੋਈ ਚੰਡੀਗੜ੍ਹ ਵਾਲੀ ਮੌਤ ਠੀਕ ਕਰਾਉਣ ਗਿਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਹੀ ਲਿਖਦਾ ਉਹ
ਸਿਰਫ ਸਟੋਰੀ 1983 ਤੁਸੀਂ ਪੜਿਓ ਆਓ ਮੈਂ ਜਲਦੀ ਜਲਦੀ ਬਾਰਗਾਹ ਦੇ ਮਾਰ ਤੇ ਸੰਗਤ ਜੀ 8 ਵਜੇ ਤੱਕ ਉਹਨੇ ਕਾਰਵਾਈ ਆਪਣੀ ਮੁਲਤਵੀ ਕੀਤੀ ਹੋਈ ਸੀ 8 ਵਜੇ ਉਹ ਬਾਤ ਸੁਣਦਾ ਤੇ ਫਿਰ ਤੀਜਾ ਹਮਲਾ ਨਾ ਜਿਹੜਾ ਬਖਤਰਵੰਤ ਗੱਡੀਆਂ ਨਾਲ ਕੀਤਾ ਜਾਂਦਾ 90 ਗੱਡੀਆਂ ਇੱਕ 4 ਜੂਨ ਦਾ ਜਦੋਂ ਦਿਨ ਚੜਦਾ 90 ਗੱਡੀਆਂ ਇੱਕ 33 ਗੱਡੀਆਂ ਇੱਕ 123 ਬੁਲਟ ਪ੍ਰੂਫ ਰੂਸ ਦੀਆਂ ਬਣੀਆਂ ਹੋਈਆਂ ਗੱਡੀਆਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮਖਿਆਰੀਆਂ ਮੱਖੀਆਂ ਵਰਗੂਆਂ ਐ ਤਾਕੀਆਂ ਛੋਟੀ ਜਿਹੀ ਪ੍ਰਕਰਮਾ ਦੇਖੋ 90 ਪਲੱਸ 33 123 ਗੱਡੀਆਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਹਾਈਐਸਟ ਤੋਪਾਂ ਲੈ ਕੇ ਉਹਨਾਂ ਦੇ ਉੱਤੇ ਬੜੀਆਂ ਭਾਰੀ ਐਲਐਮਜੀ ਮਸ਼ੀਨ ਗੰਨਾਂ ਗੜੀਆਂ ਹੋਈਆਂ ਛੋਟੀਆਂ ਤੋਪਾਂ ਗੜੀਆਂ ਹੋਈਆਂ ਤੇ ਜਦੋਂ ਦਾਖਲ ਹੋਈਆਂ ਨਾ ਰੂਸ ਦੀਆਂ ਬੜੀਆਂ ਹੋਈਆਂ ਬਖਤਰਵੰਦ ਗੱਡੀਆਂ ਕਹਿੰਦਾ ਉਹਦੇ ਵਿੱਚੋਂ ਕੇਵਲ 43 ਗੱਡੀਆਂ ਬਚੀਆਂ ਕਹਿੰਦਾ ਸਿੱਧਾ ਨੇ ਸਾਰੀਆਂ ਹੀ ਲਾ ਦਿੱਤੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਉਹਨਾਂ ਨੂੰ ਬੜੇ ਗੋਲੇ ਦੇ ਕੇ ਭੇਜਿਆ ਹੋਇਆ ਸੀ ਕਹਿੰਦਾ ਤਾਪਮਾਨ ਏਡਾ ਜ਼ਿਆਦਾ ਸੀ ਸਿੰਘਾਂ ਨੇ ਕਹਿੰਦਾ ਆਰਡੀਐਕਸ ਦੇ ਐਸੇ ਧਮਾਕੇ ਕੀਤੇ ਕਹਿੰਦਾ ਸਾਡੀਆਂ ਅੱਧੇ ਤੋਂ ਵੱਧ ਗੱਡੀਆਂ ਕਹਿੰਦਾ ਗੱਡੀ ਚਾਰਦੀਆਂ ਜਿਹੜੀਆਂ ਮਾੜੀਆਂ ਮੋਟੀਆਂ ਬੱਚੀਆਂ ਕਹਿੰਦਾ ਉਹ ਨਕਾਰਾ ਕਰਤੀਆਂ ਸੀ ਫਿਰ ਹਾਈ ਅਲਰਟ ਅਲਾਰਮ ਵਜਾਇਆ ਜਦੋਂ ਜਹਾਜ਼ਾਂ ਦਾ ਹੈਲੀਕਾਪਟਰਾਂ ਰਾਹੀਂ ਬੰਦੇ ਤਾਰੇ ਉਦੋਂ ਵੀ ਹਾਈ ਅਲਰਟ ਅਲਾਰਮ ਵਜਾਇਆ ਪਰ ਉਦੋਂ ਮੋੜਨਾ ਕਿਤੇ ਸੀ ਸਿੰਘਾਂ ਦੇ ਸਾਰੇ ਝਾੜ ਦੇ ਪਹਿਲੇ ਹਮਲੇ 'ਚੋਂ 4900 ਬਚਿਆ ਸੀ ਹੁਣ ਕਹਿੰਦਾ ਜਦੋਂ ਬਖਤਰਵੰਤ ਰੂਸ ਦੀਆਂ ਗੱਡੀਆਂ ਬੁਲਟ ਪ੍ਰੂਫ ਗੱਡੀਆਂ ਦੇ ਕੇ ਕਹਿੰਦਾ ਭੇਜੇ ਕਹਿੰਦਾ ਅੱਧੇ ਤੋਂ ਵੱਧ ਗੱਡੀਆਂ ਨਕਾਰਾ ਕਰਤੀਆਂ ਕੇਵਲ ਕਹਿੰਦਾ ਥੋੜ੍ਹੀਆਂ ਜਿਹੀਆਂ ਗੱਡੀਆਂ ਬਚੀਆਂ ਕਹਿੰਦਾ ਅਸੀਂ ਹਾਈ ਅਲਰਟ ਅਲਾਰਮ ਵਜਾਤਾ ਬਈ ਗੱਡੀਆਂ ਲੈ ਕੇ ਵਾਪਸ ਆਹਮਦ ਆ ਜਾਓ ਕਿ ਜਾਨ ਬਚਾਓ ਕਹਿੰਦਾ ਗੱਡੀਆਂ ਐਂਟਰ ਤਾਂ ਕਰਦੀਆਂ ਪਰ ਕਹਿੰਦਾ ਲੋਹੇ ਦੇ ਟਾਇਰਾਂ ਵਾਲੀਆਂ ਗੱਡੀਆਂ ਦਾਸੀ ਜੋੜੀ ਦੀਆਂ ਢੇੜੀਆਂ ਦਾ ਚੰਨ ਮੁੜ ਕੇ ਵਾਪਸ ਉੱਤੇ ਨੂੰ ਵਾਪਸ ਲਾਉਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਸਾਨੂੰ ਸਮੱਸਿਆ ਪੈ ਗਈ ਗੱਡੀਆਂ ਕਹਿੰਦਾ ਬਾਹਰ ਨਾ ਨਿਕਲਣ ਫਿਰ ਕਹਿੰਦਾ ਮੌਕੇ ਤੇ ਅਸੀਂ ਐਂ ਟਾਈਮ ਤੇ ਫਟਾਫਟ ਇਮੀਡੀਏਟਲੀ ਕਹਿੰਦਾ ਮੌਕੇ ਤੇ ਅਸੀਂ ਕੁਝ ਗੱਡੀਆਂ ਮੰਗਵਾ ਕੇ ਉਹਨਾਂ ਦੇ ਟਾਇਰਾਂ ਨੂੰ ਲੋਹੇ ਦੇ ਨੂੰ ਬੈਲਡਿੰਗ ਕਰਵਾ ਕੇ ਕਹਿੰਦਾ ਲੋਹੇ ਦੇ ਕਿੱਲ ਲਵਾਏ ਕਹਿੰਦਾ ਉਹ ਭੇਜੀਆਂ ਉਹ ਲੋਹੇ ਦੇ ਕਿੱਲਾਂ ਵਾਲੀਆਂ ਗੱਡੀਆਂ ਨਾਲ ਧੱਕਾ ਲਵਾਇਆ ਤਾਂ ਕਹਿੰਦਾ ਮਾੜੀਆਂ ਮੋਟੀਆਂ ਸੀ ਗੱਡੀਆਂ ਕੁਝ ਕੁ ਜਾ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਵੀ ਹਮਲਾ ਖਾਲੀ ਤੇ ਫਿਰ ਸੰਗਤ ਜੀ ਚੌਥਾ ਹਮਲਾ ਇਹਨਾਂ ਨੇ ਫਿਰ ਕੀਤਾ ਬੜੇ ਖਤਰਨਾਕ ਦੂਜਾ ਹਮਲਾ ਤਾਂ ਹੈਲੀਕਾਪਟਰਾਂ ਦਾ ਸੀ ਤੀਜਾ ਹਮਲਾ ਹਵਾਈ ਜਹਾਜ਼ਾਂ ਦਾ ਕੀਤਾ ਗਿਆ ਇਹਨਾਂ ਨੇ ਫਿਰ ਸਪੈਸ਼ਲ ਕਮਾਂਡੋ ਭੇਜੇ ਉਹ ਵੀ ਸਿੱਧਾ ਜੇ ਉਸੇ ਤਰ੍ਹਾਂ ਜਿਵੇਂ ਹੈਲੀਕਾਪਟਰਾਂ ਵਾਲੇ ਬੇਰਾਂ ਗੁਚਾ ਦੇ ਸੀ ਉਹ ਵੀ ਝਾੜ ਕੇ ਰੱਖਦੇ ਤੇ ਸੰਗਤ ਜੀ ਹੁਣ ਜਦੋਂ ਚੌਥਾ ਹਮਲਾ ਵੀ ਖਾਲੀ ਗਿਆ ਨਾ ਫਿਰ ਇਹਨਾਂ ਨੇ ਇੱਕ ਚਾਲ ਖੇਡੀ 100 ਗੁਰਸਿੱਖ ਅਫਸਰ ਭੇਜਿਆ ਸੀ ਦਰਬਾਰ ਸਾਹਿਬ ਦੇ ਵਿੱਚ ਭਿੰਡਰਾਂ ਵਾਲੇ ਸੰਤਾਂ ਨੂੰ ਖਰੀਦਣ ਦੇ ਲਈ ਉਹਨਾਂ ਨੂੰ ਮਨਾਉਣ ਦੇ ਲਈ ਉਹਨਾਂ ਨੂੰ ਲਾਲਚ ਦੇਣ ਦੇ ਲਈ ਅਮਰੀਕਨ ਡਾਲਰ ਵਾਲੇ ਅਰਬਾਂ ਹੀ ਡਾਲਰ ਅਮਰੀਕਨ ਵੀ ਤੁਹਾਡੇ ਅਕਾਊਂਟ ਦੇ ਵਿੱਚ ਹੁਣੇ ਹੀ ਟ੍ਰਾਂਸਫਰ ਕਰ ਦਿੰਦੇ ਆ ਸਾਡੇ ਪੰਜਾਬ ਦੇ ਐਮਐਲਏ ਤੁਹਾਨੂੰ ਸਪੋਰਟ ਕਰਨਗੇ ਤਾਂ ਸੀਐਮ ਬਣਾ ਦਿੰਦੇ ਆ ਇਹੋ ਜਿਹੇ ਲਾਲਚ ਦਿੱਤੇ ਕਹਿੰਦਾ 100 ਜਵਾਨ ਅਸੀਂ ਤਾਂ ਭੇਜਿਆ ਵੀ ਕੁਝ ਕੁ ਜਵਾਨ ਨੇ ਜਿਹੜੇ ਉਹਦਾ ਭਿੰਡਰਾਂ ਵਾਲੇ ਨੂੰ ਲਾਲਚ ਦੇਣਗੇ ਤੇ ਜਿਹੜੇ ਬਾਕੀ ਜਵਾਨ ਹੋਣਗੇ ਨਾ ਕਹਿੰਦਾ ਉਹ ਭਿੰਡਰਾਂ ਵਾਲੇ ਦੇ ਜਿਹੜੇ ਸਾਥੀ ਨੇ ਕਹਿੰਦਾ ਉਹਨਾਂ ਨੂੰ ਲਾਲਚ ਦੇਣਗੇ ਭਾਰੀ ਲਾਲਚ ਦੇ ਕੇ ਸੰਗਤ ਜੀ ਦੇਖੋ ਲੈਟ ਬੰਦ ਹੈ ਪਾਣੀ ਹੈ ਨਹੀਂ ਖਾਣ ਨੂੰ ਕੁਝ ਹੈ ਨਹੀਂ ਇੱਕ ਜੂਨ ਤੋਂ ਸਿੰਘ ਭੁੱਖੇ ਪਿਆਸੇ ਲੜਾਈ ਕਰ ਰਹੇ ਨੇ ਪਰ ਇਹਨਾਂ ਅਫਸਰਾਂ ਨੇ ਜਾ ਕੇ ਸਿਵਲ ਵਰਦੀ ਦੇ ਵਿੱਚ ਸਿੰਘਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਮੈਂ ਮਿੰਟ ਲਈ ਬੇਨਤੀ ਕਰਾਂ ਜਿਸ ਵੇਲੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਨਾ ਗੁਰਦਾਸ ਨਗਰ ਡੈਮ ਦੀ ਖੜੀ ਦੇ ਵਿੱਚੋਂ ਤੇ ਫਰੈਕਸੀਅਰ ਨੇ ਉਸ ਵੇਲੇ ਜਿਹੜਾ ਬਾਦਸ਼ਾਹ ਸੀ ਉਹਨੇ ਸੈਂਕੜੇ ਸਿੰਘ ਸ਼ਹੀਦ ਕੀਤੇ ਪਰ ਸੰਗਤ ਜੀ ਉਹ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰਕੇ ਕਹਿੰਦਾ ਅਸੀਂ ਜਿੱਤ ਕੇ ਵੀ ਹਾਰ ਚੁੱਕੇ ਆ ਕਿਉਂਕਿ ਭਾਵੇਂ ਕਹਿੰਦਾ ਅਸੀਂ ਸੈਂਕੜੇ ਸਿੰਘ ਸ਼ਹੀਦ ਕਰਦੇ ਪਰ ਕਿਸੇ ਇੱਕ ਨੂੰ ਵੀ ਕਹਿੰਦਾ ਅਸੀਂ ਮੁਨਕਰ ਨਹੀਂ ਕਰ ਸਕੇ ਸਿੱਖੀ ਤੋਂ ਕਿਸੇ ਇੱਕ ਨੂੰ ਵੀ ਅਸੀਂ ਡਲਾ ਨਹੀਂ ਸਕੇ ਛੋਟਾ ਜਿਹਾ ਉਹਦੇ ਵਿੱਚ ਵਾਕਾ ਜਦੋਂ ਗੁਰਦਾਸ ਨਗਰ ਡੈਮ ਦੀ ਗੜੀ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਨੂੰ ਕੀਤਾ ਨਾ ਗ੍ਰਿਫਤਾਰ ਉਹਦਾ ਸਿੰਘ ਮੁੱਠੀ ਭਰ ਸੀ ਤੇ ਪਿੰਡਾਂ ਦੇ ਵਿੱਚੋਂ ਗੁਰਦਾਸ ਨਗਰ ਡੈਮ ਗੜੀ ਦੇ ਵਿੱਚੋਂ ਜਦੋਂ ਗੱਡੇ ਸਿੰਘਾਂ ਦੇ ਸਿਰਾਂ ਦੇ ਭਰ ਕੇ ਦਿੱਲੀ ਵੱਲ ਨੂੰ 700 ਗੱਡਾ ਤੋਰਿਆ ਤੇ ਜਿੰਨੇ ਵੀ ਰਾਹ ਦੇ ਵਿੱਚ ਬੱਚੇ ਬਿਰਧ ਬਜ਼ੁਰਗ ਜਿੰਨੇ ਵੀ ਮਿਲੇ ਸਾਰਿਆਂ ਦੇ ਸਿਰ ਕੰਮ ਕਰ ਕਰਕੇ ਇਹ ਗੱਡੇ ਭਰ ਭਰ ਕੇ ਦਿੱਲੀ ਵੱਲ ਨੂੰ ਤੋਰ ਲਏ ਜਿਹੜੇ ਗ੍ਰਿਫਤਾਰ ਹੋ ਸਕੇ ਉਹ ਗ੍ਰਿਫਤਾਰ ਕਰ ਲਏ ਉਹਨਾਂ ਦੇ ਵਿੱਚ ਇੱਕ ਨਵਾਂ ਵਿਆਹਿਆ ਪੁੱਤ ਉਸੀ ਜਿਹਦਾ ਨਾਮ ਸੀ ਭੀਮ
ਸਿੰਘ ਤੇ ਸੰਗਤ ਜੀ ਕੋਲ ਵੀ ਰਿਤਾਰ ਕਰ ਲਿਆ ਤੇ ਸੰਗਤ ਜੀ ਜਦੋਂ ਫਰਸੀਲ ਦੀ ਕਚਹਿਰੀ ਦੇ ਵਿੱਚ ਰੋਲ ਸੈਂਕੜੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਉਧਰੋਂ ਬਾਰੀ ਆ ਗਈ ਭੀਮ ਸਿੰਘ ਦੀ ਤੇ ਸੰਗਤ ਜੀ ਫਰਸੀਲ ਬੜਾ ਚਿੰਤਾ ਦੇ ਵਿੱਚ ਹੈਗਾ ਕਹਿੰਦਾ ਭਾਵੇਂ ਅਸੀਂ ਸਿੱਖਾਂ ਨੂੰ ਹਰ ਰੋਜ਼ ਸੈਂਕੜੇ ਸਿੱਖਾਂ ਨੂੰ ਸ਼ਹੀਦ ਕਰੀ ਜਾਂਦੇ ਆ ਪਰ ਕਹਿੰਦਾ ਅਸੀਂ ਤਾਂ ਜਿੱਤ ਕੇ ਵੀ ਹਾਰ ਕੇ ਕੋਈ ਤਾਂ ਮੁਨਕਰ ਹੋਇਆ ਹੋਵੇ ਕਿਉਂਕਿ ਸੰਤ ਗੁਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਵੀ ਬਚਨ ਸੀ ਬਈ ਸਰੀਰ ਦਾ ਮਰਜਣਾ ਮੌਤ ਨਹੀਂ ਹੁੰਦੀ ਜ਼ਮੀਰ ਦਾ ਮਰਜਣਾ ਯਕੀਨਨ ਮੌਤ ਹੈ ਕਿਉਂਕਿ ਸੰਗਤ ਜੀ ਜਿਹੜੇ ਮਰਦ ਹੁੰਦੇ ਨੇ ਜ਼ਿੰਦਗੀ 'ਚ ਇੱਕ ਵਾਰੀ ਮਰਦੇ ਨੇ ਕਹਿਰ ਦਿਨ ਦੇ ਵਿੱਚ ਕਈ ਵਾਰੀ ਮਰਦੇ ਨੇ ਸੰਤ ਗੁਰਨੈਲ ਸਿੰਘ ਕਹਿੰਦੇ ਸਰੀਰ ਦਾ ਮਰਜਣਾ ਮੌਤ ਨਹੀਂ ਹੋਇਆ ਕਰਦੀ ਜ਼ਮੀਰ ਮਰ ਜਾਣੀ ਮੌਤ ਹੁੰਦੀ ਹੈ ਫਰਕਸੀਰ ਕਹਿੰਦਾ ਤੁਸੀਂ ਇੱਕ ਦੀ ਵੀ ਜ਼ਮੀਰ ਨਹੀਂ ਮਾਰ ਸਕੇ ਕਿਸੇ ਨੂੰ ਵੀ ਬਣਾ ਨਹੀਂ ਸਕੇ ਕਿਸੇ ਨੂੰ ਵੀ ਅਸੀਂ ਇਹ ਧਰਮ ਦੇ ਵਿੱਚੋਂ ਬਦਲ ਕੇ ਆਪਦੇ ਧਰਮ 'ਚ ਨਹੀਂ ਲਿਆ ਸਕੇ ਤੇ ਬਾਰੀ ਆਈ ਆ ਉਸ ਨੌਜਵਾਨ ਜੀ ਦਾ ਤਾਜ਼ਾ ਤਾਜ਼ਾ ਵਿਆਹ ਹੋਇਆ ਭੀਮ ਸਿੰਘ ਦੀ ਆਹ ਦਿੱਲੀ ਫਰਕਸੀਰ ਦੀ ਕਚਹਿਰੀ ਦੇ ਵਿੱਚ ਉਹਦੀ ਮਾਂ ਆਪਦੀ ਸੱਚ ਦੀ ਆਹੀ ਨੂੰ ਲੈ ਕੇ ਜਿਹਦੇ ਹੱਥਾਂ ਤੋਂ ਹਲੇ ਸਗਨਾਂ ਦੀ ਮਹਿੰਦੀ ਨਹੀਂ ਸੀ ਉਤਰੀ ਮਰ ਕੇ ਭੇਜ
ਲਿਖਿਆ ਕਹਿੰਦਾ ਆਏ ਤੁਰੇ ਹੋਣ ਰਾਤ ਨੂੰ ਜਿਵੇਂ ਸਿਵਿਆਂ ਦੇ ਵਿੱਚੋਂ ਭੂਤ ਆਉਂਦੇ ਹੁੰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਕਹਿੰਦਾ ਚਾਰ ਦਿਨਾਂ ਦੇ ਅਸੀਂ ਬੜੀ ਮਮੋਸ਼ੀ ਦੇ ਵਿੱਚ ਸੀਗੇ ਕਹਿੰਦਾ ਜਦੋਂ ਉਹਨਾਂ ਨੂੰ ਭੂਤਾਂ ਨੂੰ ਲੈਣ ਵਧੀਆ ਆਉਂਦੇ ਨੂੰ ਦੇਖਿਆ ਨਾ ਕਹਿੰਦਾ ਇੱਕ ਮਿੰਟ ਸਾਡੀ ਫੌਜ ਦੇ ਵਿੱਚ ਬੜਾ ਹਾਦਸਾ ਪਿਆ ਤੇ ਸੰਗਤ ਜੀ ਝੂਠਾ ਜਿਹਾ ਆ ਜੀ ਜਿਹਾ ਹਾਦਸਾ ਤੇ ਮੈਂ ਉਹ ਮੈਂ ਸਕਰੀਨ ਚ ਆਵਾਂ ਤੇ ਹੁਣ ਕੀ ਹੋਇਆ ਇਹ ਵੀ ਹਮਲਾ ਇਹਨਾਂ ਦਾ ਇਹ ਵੀ ਚਾਰ ਇਹਨਾਂ ਦੀ ਖਾਲੀ ਗਈ ਇੱਕ ਇਹਨਾਂ ਨੂੰ ਚਾਲ ਹੋ ਖੇਡੀ ਸੀ ਸੰਤਾਂ ਨੇ ਆਪਣੇ ਸੰਬੋਧਨ ਚ ਕਿਹਾ ਸੀ ਵੀ ਜਦੋਂ ਵੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਕੋਈ ਅਕਾਲ ਤਖ਼ਤ ਸਾਹਿਬ ਵੱਲੋਂ ਦਰਬਾਰ ਸਾਹਿਬ ਵੱਲ ਨੂੰ ਆਇਓ ਜਿੱਥੇ ਵੀ ਕੌਮ ਦੇ ਬਹੁਤੇ ਮਹਿਣ ਉੱਥੇ ਮੋਰਚੇ ਮੰਨ ਲਿਓ ਇਹਦਾ ਕੋਈ ਨਾ ਆਵੇ ਕਹਿੰਦਾ ਸਾਨੂੰ ਡਰ ਸੀ ਵੀ ਜੇ ਕਿਤੇ ਪੰਜਾਬ ਦੇ ਵਿੱਚ ਗਦਰ ਫੈਲ ਗਿਆ ਕਹਿੰਦਾ ਜਿਹੜਾ ਫੌਜ ਦਾ ਮਨੋਬਲ ਆ ਕਹਿੰਦਾ ਬਿਲਕੁਲ ਡਿੱਗ ਚੁੱਕਿਆ ਸੀ ਸਾਨੂੰ ਡਰ ਸੀ ਵੀ ਭਿੰਡਰਾਂ ਵਾਲਾ ਆਪਣੇ ਸਪੀਚਾਂ ਦੇ ਵਿੱਚ ਬਾਰ ਬਾਰ ਇਹ ਗੱਲ ਕਹਿੰਦਾ ਸੀ ਵੀ ਇਧਰ ਨੂੰ ਕੋਈ ਨਾ ਆਇਓ ਕਹਿੰਦਾ ਸਾਨੂੰ ਡਰ ਸੀ ਵੀ ਇਧਰ ਨੂੰ ਕਿਸੇ ਨੇ ਨਹੀਂ ਆਉਣਾ ਤੇ ਕਿਤੇ ਉਧਰ ਦਿੱਲੀ ਵੱਲੋਂ ਪੰਜਾਬ ਦੇ ਨਿਵਾਸੀ ਮੂੰਹ ਨਾ ਕਰ ਲੈਣ ਕਹਿੰਦਾ ਉਹਨਾਂ ਨੂੰ ਰੋਕਣ ਦੇ ਲਈ ਕਹਿੰਦਾ ਅਸੀਂ ਕੀ ਕੀਤਾ ਜਿਹੜੇ ਕਹਿੰਦਾ ਸਾਡੇ ਟੌਟ ਸੀ ਨਾ ਟੌਟ ਪੰਜਾਬ ਦੇ ਵਿੱਚ ਸਾਫ ਸਮੁੰਦ ਉਹਨਾਂ ਨੂੰ ਕਹਿੰਦਾ ਸੈਂਕੜੇ ਟੌਟ ਕੀਤੇ ਗਏ ਸੀ ਇਕੱਠੇ ਕਹਿੰਦਾ ਕਰਕੇ ਉਹਨਾਂ ਟੌਟਾਂ ਨੂੰ ਇਕੱਠੇ ਉਹਨਾਂ ਨੇ ਕਹਿੰਦਾ ਟਕਸਾਲੀਆਂ ਵਾਂਗੂ ਬਣਾਈਆਂ ਗੋਲ ਦਸਤਾਰਾਂ ਬਣਾਏ ਉਹਨਾਂ ਦੇ ਗੋਲ ਦਮਾਲੇ ਪਵਾਏ ਉਹਨਾਂ ਦੇ ਚੋਲੇ ਪਵਾਏ ਉਹਨਾਂ ਦੇ ਕਸਹਿਰੇ ਤੇ ਕਹਿੰਦਾ ਪਵਾ ਕੇ 11-11 ਇੰਚੀ ਲੰਬੀਆਂ ਕਿਰਪਾਨਾਂ ਸ੍ਰੀ ਸਾਹਿਬ ਉੱਪਰ ਦੀ ਕਰਦੇ ਪਿਆਰ ਦੀ ਧਰਤੀ ਕਹਿੰਦਾ ਗੋਲ ਤੇ ਉਹਨਾਂ ਨੂੰ ਕਿ ਅਸੀਂ ਖਾਸ ਆਈਡੀ ਪਾਸ ਦਿੰਦੇ ਫੌਜ ਦੇ ਵਿੱਚੋਂ ਲੰਘਣ ਦੇ ਲਈ ਆਈਡੈਂਟੀ ਉਹਨਾਂ ਨੂੰ ਆਈਡੈਂਟੀ ਦਿੱਤੀ ਕਹਿੰਦਾ ਉਹਨਾਂ ਨੇ ਪੰਜਾਬ ਦੇ ਵਿੱਚ ਕਿਹਾ ਵੀ ਸਰਦਾਰ ਨੇ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਸੱਦਿਆ ਕਹਿੰਦਾ ਅਸੀਂ ਕਿਹਾ ਵੀ ਜਿੰਨਾ ਟਾਈਮ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਗੱਤ ਜਿੰਨੇ ਵੀ ਉਧਰ ਦਰਬਾਰ ਸਾਹਿਬ ਵੱਲ ਜਾਣਗੇ ਕਹਿੰਦਾ ਜਦੋਂ 20 ਕਿਲੋਮੀਟਰ ਪਿੱਛੇ ਰਹਿ ਗਏ ਨਾ ਕਹਿੰਦਾ ਆਪਾਂ ਟਾਂ ਉਹਨੀਆਂ ਦੱਬ ਗਏ ਕਹਿੰਦਾ ਜਦ ਤੱਕ ਕੁੱਤੇ ਭੱਜੇ ਵਾਪਸ ਆਉਣਗੇ ਜਦ ਤੱਕ ਅਸੀਂ ਪਹੁੰਚਾ ਫਤਿਹ ਕਰਦੇ ਨੇ ਇਹ ਚਾਲ ਸਾਡੀ ਕਹਿੰਦਾ ਕਾਮਯਾਬ ਅਸੀਂ ਕਹਿੰਦਾ ਸਪੈਸ਼ਲ ਅਮੈਂਟੀ ਦੇ ਕੇ ਟਕਸਾਲੀ ਬਣਾ ਕੇ ਆਪਣੇ ਕਹਿੰਦਾ ਟਾਊਟ ਖੈਰ ਪਿੰਡਾਂ 'ਚ ਭੇਜੇ ਕਹਿੰਦਾ ਉਹਨਾਂ ਨੇ ਨੌਜਵਾਨਾਂ ਨੂੰ ਕਹਿੰਦਾ ਦਰਬਾਰ ਸਾਹਿਬ ਵੱਲੋਂ ਤੋਰ ਲਿਆ ਕਹਿੰਦਾ ਇੱਕੋ ਸਾਡੀ ਮਾੜੀ ਜਿਹੀ ਚਾਲ ਕਾਮਯਾਬ ਹੋਈ ਚਲੋ ਮੈਂ ਖਾਸ ਨਾਲ ਮੰਨ ਕੇ ਚੱਲੀਏ ਆਪਣਾ ਜਿਹੜਾ ਆਪਣਾ ਸਾਨੂੰ ਚੈਪਟਰ ਮਿਲਿਆ ਆਪਾਂ ਨੂੰ ਸੰਪੂਰਨ ਕਰੀਏ ਤੇ ਸੰਗਤ ਜੀ ਹੁਣ ਇਹ ਹਮਲਾ ਜਿਹੜਾ 100 ਸਾਥੀ ਇਹਨਾਂ ਨੇ ਭੇਜਿਆ ਅਫਸਰ ਉਹ ਵੀ ਖਾਲੀ ਗਿਆ ਤੇ ਹੁਣ ਜਦੋਂ ਇਹਨਾਂ ਨੇ ਰੂਸ ਦੀਆਂ ਬਣੀਆਂ 72 ਬੰਦ ਗੱਡੀਆਂ ਬਹੁਤ ਬਹੁਤ ਗੱਡੀਆਂ ਭੇਜੀਆਂ ਸਿੰਘਾਂ ਨੇ ਆ ਵੀ ਇੱਥੇ ਧਮਾਕੇ ਕਰ ਕਰਕੇ ਉਹ ਵੀ ਰਾਤ ਗਿਆ ਤੇ ਹੁਣ ਹਵਾਈ ਜਹਾਜ਼ ਭੇਜੇ ਉਹ ਵੀ ਰਾਤ ਗਏ ਤੇ ਹੁਣ ਸੰਗਤ ਜੀ ਰੂਸ ਦੀਆਂ ਬਣੀਆਂ ਹੋਈਆਂ ਤਕਰੀਬਨ 1.5 ਫੁੱਟ ਚੜ੍ਹੇ 27 ਇੰਚ ਮੋਟੀ ਲੇਹ ਸੀ ਉਹਨਾਂ ਗੱਡੀਆਂ ਦੀ 27 ਇੰਚ ਮੋਟੀ ਦੇਖੋ 2.25 ਫੁੱਟ ਬਣ ਜਾਂਦਾ 2.25 ਫੁੱਟ ਮੋਟੀ ਪੱਤ ਸੀ ਉਹਨਾਂ ਗੱਡੀਆਂ ਦੀ ਕਹਿੰਦਾ ਕਛੁਕਮੇ ਵਰਗੀ ਸ਼ਕਲ ਸੀ ਉਹਨਾਂ ਗੱਡੀਆਂ ਦੀ ਕਹਿੰਦਾ ਉਹਨਾਂ ਗੱਡੀਆਂ ਦੇ ਉੱਤੇ ਕਹਿੰਦਾ ਅਸੀਂ ਚੁਨਿੰਦਾ ਗੱਡੀਆਂ ਦੇ ਉੱਤੇ ਕਹਿੰਦਾ ਤੋਪਾਂ ਫਿੱਟ ਕਰਕੇ ਕਹਿੰਦਾ ਦਰਬਾਰ ਸਾਹਿਬ 'ਚ ਭੇਜੀਆਂ ਪਰ ਸਿੰਘਾਂ ਨੇ ਕਹਿੰਦਾ ਕਹਿੰਦਾ ਵਾਹਿਗੁਰੂ ਆਪਦੇ ਕਹਿੰਦਾ ਸਰੀਰ ਦੇ ਨਾਲ ਆਰਡੀਐਕਸ ਬੰਨ ਬੰਨ ਕੇ ਉਹ ਵੀ ਗੱਡੀਆਂ ਨਕਾਰਾਂ ਕਰਦੀਆਂ ਸੋ ਮੁੱਕਦੀ ਗੱਲ ਕਹਿੰਦਾ ਹੁਣ ਅਸੀਂ ਸੈਂਟਰ ਦੇ ਉੱਤੇ ਕਹਿੰਦਾ ਇੱਕੋ ਹੀ ਪ੍ਰੈਸਰ ਪਾ ਰਹੇ ਸੀ ਬਈ ਇੱਕੋ ਹੀ ਹੱਲ ਆ ਬਈ ਜਾਵਾ ਸ੍ਰੀ ਦਰਬਾਰ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਤੰਗੂ ਘੇਰਾ ਪਾ ਕੇ ਬਹਿ ਜਾਈਏ ਭੁੱਖੇ ਪਿਆਸੇ ਮਰਦੇ ਕਹਿੰਦਾ ਭਿੰਡਰਾਂ ਦੇ ਸਾਥੀ ਆਪੇ ਸਮਰਪਣ ਕਰਨਗੇ ਆਪਣੀ ਸਮਰਪਣ ਕਰਨਗੇ ਜਾਂ ਫਿਰ ਕਹਿੰਦਾ ਇੱਕੋ ਹੀ ਇਲਾਜ ਆ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਟਾਈਮ ਬੰਬ ਪਰਖਿਆ ਜਾਵੇ ਟਾਈਮ ਬੰਬ ਕਿਉਂਕਿ ਕਹਿੰਦਾ ਅਸੀਂ ਚੀਨ ਨੂੰ ਪਾਕਿਸਤਾਨ ਨੂੰ ਕੀ ਮੂੰਹ ਦਿਖਾਵਾਂਗੇ ਨਿੱਕੀ ਜੀ ਬਿਲਡਿੰਗ ਦੇ ਵਿੱਚੋਂ ਸਾਡੇ ਹਜ਼ਾਰਾਂ ਫੌਜੀ ਸ਼ਹੀਦ ਹੋ ਗਏ ਕਹਿੰਦਾ ਅਸੀਂ ਇੱਕ ਨਿੱਕੀ ਜੀ ਬਿਲਡਿੰਗ ਨਹੀਂ ਯਾਦ ਕਰਾ ਸਕੇ ਕਹਿੰਦਾ ਅਸੀਂ ਸੈਂਟਰ ਦੇ ਪਾਸ ਬੇਨਤੀਆਂ ਕੀਤੀਆਂ ਵੀ ਸਾਨੂੰ ਟਾਈਮ ਬੰਬ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਹਿੰਦਾ ਹੁਣ 5 ਜੂਨ ਦਾ ਸੂਟ ਛਿਪਿਆ ਤੇ 6 ਜੂਨ ਦਾ ਅੰਮ੍ਰਿਤ ਵੇਲਾ ਕਹਿੰਦਾ ਇੱਕ ਸੰਗਤ ਸੀ ਛੋਟਾ ਜਿਹਾ ਹੋਰ ਹਮਲਾ ਇਹਨਾਂ ਨੇ ਕੀਤਾ ਜਦੋਂ ਇਹਨਾਂ ਦੇ ਹਵਾਈ ਜਹਾਜ਼ਾਂ ਦੇ ਹਮਲੇ ਸਾਰੇ ਆਲੇ ਚਲੇ ਗਏ ਇਹ ਜਿਹੜੀਆਂ 72 ਬੰਦ ਗੱਡੀਆਂ ਸੀ ਇਹ ਵੀ ਆਲੇ ਚਲੇ ਗਏ ਹੈਲੀਕਾਪਟਰਾਂ ਦੇ ਹਮਲੇ ਆਲੇ ਚਲੇ ਗਏ ਇੱਕ ਰਾਤ ਦੇ ਟਾਈਮ ਜਦੋਂ ਨਾ ਹਵਾਈ ਜਹਾਜ਼ ਹਮਲਾ ਕਰਦੇ ਸੀ ਇੱਕ ਇਹਨਾਂ ਨੇ ਬਹੁਤ ਹੀ ਸੂਕਸ਼ਮ ਲੇਜ਼ਰ ਦੂਰਬੀਨ ਦੇ ਨਾਲ ਜਿੱਥੇ ਬਾਕੀ ਜਹਾਜ਼ ਤਾਂ ਹਮਲਾ ਕਰ ਰਹੇ ਸੀ ਇੱਕ ਜਹਾਜ਼ ਜਿਹੜਾ ਨਾ ਬਹੁਤ ਹੀ ਸੂਕਸ਼ਮ ਦੂਰਬੀਨ ਦੇ ਨਾਲ ਮੋਰਚਿਆਂ ਦੀ ਰੇਖੀ ਕਰ ਰਿਹਾ ਸੀ ਮੋਰਚਿਆਂ ਦੀ ਨਿਸ਼ਾਨਦੇਹੀ ਕਰ ਰਿਹਾ ਸੀ ਕੋਈ ਆ ਕਿੱਥੋਂ ਰਹੀ ਤੇ ਸੰਗਤ ਜੀ ਉਹ ਜਹਾਜ਼ 15,000 ਪ੍ਰਤੀ ਮਿੰਟ ਦੇ ਹਿਸਾਬ ਦੇ ਨਾਲ 15,000 ਪ੍ਰਤੀ ਮਿੰਟ ਦੇ ਹਿਸਾਬ ਦੇ ਨਾਲ ਫੈਰਨ ਕਰਦੇ ਸੀ ਦੇਖੋ ਇੱਕ ਮਿੰਟ ਦੇ ਵਿੱਚ ਜੇ 15,000 ਗੋਲੀ ਚੱਲੇ ਦੇਖੋ ਵੀ
ਗੜਿਆਂ ਤੋਂ ਵੀ ਜ਼ਿਆਦਾ ਗੋਲੀ ਚੱਲਦੀ ਆ। ਆਖੋ ਸਤਰਾਮ ਸ੍ਰੀ ਵਾਹਿਗੁਰੂ। ਮਸਤਰੀਆਂ ਕਰਨ ਲੱਗੀ ਵੀ ਕਮਾਲ ਹੋ ਗਈ, ਤੁਸੀਂ ਉਹਦੇ ਦੇ ਛੋਟੀ ਜਿਹੀ ਪਿੰਡ ਨਹੀਂ ਖਾਲੀ ਕਰਵਾ ਸਕੇ। ਕਹਿੰਦਾ ਉਹਨਾਂ ਦਾ ਪੰਜਾਬ ਸੀ ਬ੍ਰਹਮ ਮਿਸਰਾ। ਕਹਿੰਦਾ ਬ੍ਰਹਮ ਮਿਸਰਾ ਸਾਨੂੰ ਕਹਿੰਦਾ ਅੱਗੇ ਟਿਚਰਾ ਕਰੇ, ਮਾਸਟਰੀਆਂ ਕਰੇ। ਕਹਿੰਦਾ ਉਹ ਤੁਸੀਂ ਨਿੱਕੀ ਜਿਹੀ ਬਿਲਡਿੰਗ ਨਹੀਂ ਖਾਲੀ ਕਰਵਾ ਸਕੇ। ਕਹਿੰਦਾ ਜਦੋਂ ਉਹ ਸਪੈਸ਼ਲ ਕਮਾਂਡੋ ਆਏ ਨਾ, ਉਹ ਕਹਿੰਦਾ ਰੂਸ ਦੇ ਵਿੱਚੋਂ ਟ੍ਰੇਨਿੰਗ ਉਹਨਾਂ ਨੂੰ ਮਿਲਦੀ ਆ 6.5 ਫੁੱਟ ਤੋਂ ਪਲੱਸ ਉਹਨਾਂ ਦਾ ਕੱਦ ਹੁੰਦਾ। ਕਹਿੰਦਾ ਸਾਨੂੰ ਛੋਟੀ ਜਿਹੀ ਆਸ ਦੀ ਕਿਰਨ ਦਿਖਾਈ ਦਿੱਤੀ। ਕਹਿੰਦਾ ਉਹਨਾਂ ਨੇ ਹਮਲਾ ਪਤਾ ਕਿਵੇਂ ਕਰਨਾ ਸੀ? ਕਹਿੰਦਾ ਜਲਿਆਂਵਾਲਾ ਬਾਗ ਤੋਂ ਅਸੀਂ 5 ਫੁੱਟ ਨੀਵੀਂ ਜ਼ਮੀਨ ਤੋਂ ਸੁਰੰਗ ਪੱਟ ਕੇ ਲੈ ਕੇ ਗਏ ਸ੍ਰੀ ਦਰਬਾਰ ਸਾਹਿਬ ਤੱਕ। 5 ਫੁੱਟ ਨੀਵੀਂ ਸੁਰੰਗ ਪਾਦੇ ਨਾਲ ਟੁੱਟੀ। ਕਹਿੰਦਾ ਉਹਦੇ ਰਾਹੀਂ ਕਮਾਂਡੋਆਂ ਨੇ ਦਾਖਲ ਹੋਣਾ ਸੀ। ਕਹਿੰਦਾ ਜਦੋਂ ਨਾ ਉਹਦੇ ਰਾਹੀਂ ਹੋਏ ਕਮਾਂਡੋ ਦਾਖਲ ਤੇ ਸਿੰਘਾਂ ਨੇ ਕਹਿੰਦਾ ਐਸਾ ਹਮਲਾ ਕੀਤਾ, ਪਹਿਲਾਂ ਤਾਂ ਕਹਿੰਦਾ ਕੁਝ ਨਹੀਂ ਕਿਹਾ। ਜਦੋਂ ਸਾਰੇ ਕਮਾਂਡੋ ਸਾਡੇ 1200+ ਕਮਾਂਡੋ ਕਹਿੰਦਾ ਐਂਟਰੀ ਕਰਕੇ, ਕਹਿੰਦਾ ਜਿਹੜੀ ਗੈਸ ਨਾਲ ਆਪਾਂ ਰੋਟੀਆਂ ਨਹੀਂ ਪਕਾਉਂਦੇ ਪਰਪਨ ਗੈਸ ਇਹਨੂੰ ਕਹਿੰਦੇ ਆ। ਕਹਿੰਦਾ ਪਿੱਤਲ ਦੀ ਧਾਤ ਦੇ ਬਣੇ ਹੋਏ ਪਰਪਨ ਗੈਸ ਦੇ ਸਿਲੰਡਰ ਕਹਿੰਦਾ ਅੱਗ ਲਾ ਲਾ ਕੇ ਸਿੱਟੇ। ਕਹਿੰਦਾ ਸਾਰੇ ਕਮਾਂਡੋ ਸਾਡੇ ਗੱਡੀ ਚੜ੍ਹ ਕੇ ਚੜ੍ਹਾਏ। ਕਹਿੰਦਾ ਬੁਲਟ ਪ੍ਰੂਫ ਜਾਕਟਾਂ ਪਈਆਂ ਸੀ। ਆਖੋ ਸਤਰਾਮ ਸ੍ਰੀ ਵਾਹਿਗੁਰੂ। ਸੋ ਮੁੱਖ ਦੀ ਗੱਲ, ਜਿਹੜਾ 1.5 ਘੰਟੇ ਦੀ ਕ੍ਰਿਤਕਲ ਕਰਕੇ ਡੀਗਾ ਮਾਰਦਾ ਸੀ, ਹੁਣ 6 ਜੂਨ ਦਾ ਅੰਮ੍ਰਿਤ ਵੇਲਾ ਹੋਇਆ ਸੰਗਤ ਜੀ। ਹੁਣ ਟੈਂਕ ਸ੍ਰੀ ਦਰਬਾਰ ਸਾਹਿਬ ਨੂੰ ਭਾਰੀ ਤੋਪਾਂ ਫਿੱਟ ਕਰਕੇ ਚਾਲਾ ਪਾਇਆ। 4 ਵਜੇ ਪਹਿਲਾ ਗੋਲਾ ਸ੍ਰੀ ਦਰਬਾਰ ਸਾਹਿਬ ਨੂੰ ਟਿੱਕਣੇ ਚਲਾਇਆ, ਦੂਜਾ ਚਲਾਇਆ, ਤੀਜਾ ਚਲਾਇਆ, ਚੌਥਾ ਚਲਾਇਆ, ਇੱਕ ਇੱਕ ਕਰਕੇ 9 ਗੋਲੇ ਸ੍ਰੀ ਦਰਬਾਰ ਸਾਹਿਬ ਦੇ ਵਿਜੇਤਾ ਟੈਂਕਾਂ ਦੇ ਦਾਗੇ। ਇੱਕ ਵਾਰੀ ਤਾਂ ਅੰਮ੍ਰਿਤਸਰ ਸਾਹਿਬ ਪੂਰਾ ਐਨ ਹਿਲਾ ਕੇ ਰੱਖਤਾ, ਨਾਲ ਲੱਗਦੀਆਂ ਬਿਲਡਿੰਗਾਂ ਵੀ ਤੇਲਾ ਲਿਆ ਦੀਆਂ। ਤੇ ਸੰਗਤ ਜੀ ਜਦੋਂ ਸੰਤਾਂ ਦੇ ਮੋਰਚਿਆਂ ਦੀ ਅਗਵਾਈ ਕਰਦਾ ਜਨਰਲ ਸੁਰੇਸ਼ ਸਿੰਘ ਸਭ ਸ਼ਹੀਦ ਹੋਇਆ ਨਾ, ਤੇ ਫਿਰ ਉਹਨੂੰ ਸਿੰਘ ਮਹਾਂਪੁਰਖਾਂ ਦੇ ਕੋਲੇ ਲੈ ਕੇ ਆਏ। ਅੰਤਲੇ ਸਾਹਾਂ ਕਿਹਾ ਜਦੋਂ ਸੁਰੇਸ਼ ਸਿੰਘ ਸਾਹਿਬ ਜਿਹੜਾ ਮੋਰਚੇ ਦੀ ਅਗਵਾਈ ਕਰਦਾ ਸੀ, ਉਹ ਕਹਿੰਦਾ ਵੀ ਮੈਂ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤੇ ਨਾਲ ਸਿੰਘਾਂ ਨੇ ਉਹਨੂੰ ਸਪੋਰਟ ਦੇ ਕੇ, ਉਹ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਨੇ, ਤੁਰਿਆ ਨਹੀਂ ਜਾਂਦਾ ਜਨਰਲ ਸੁਰੇਸ਼ ਸਿੰਘ ਸਾਹਿਬ ਦੇ। 2 ਸਿੰਘ ਉਹਦੀਆਂ ਕੱਛਾਂ ਦੇ ਵਿੱਚ ਬਾਹਾਂ ਦੇ ਕੇ ਸਿਰ ਦੇ ਕੇ ਉਹਨੂੰ ਸਪੋਰਟ ਕਰਕੇ ਮਹਾਂਪੁਰਖਾਂ ਦੇ ਕੋਲੇ ਲੈ ਕੇ ਗਏ ਜਨਰਲ ਸੁਰੇਸ਼ ਸਿੰਘ ਸਾਹਿਬ ਨੂੰ। ਤੇ ਜਨਰਲ ਸੁਰੇਸ਼ ਸਿੰਘ ਸਾਹਿਬ ਨੂੰ ਮਹਾਂਪੁਰਖਾਂ ਨੇ ਆਪਣੇ ਪੱਟ ਦੇ ਉੱਤੇ ਪਾਇਆ ਤੇ ਜਨਰਲ ਸੁਰੇਸ਼ ਸਿੰਘ ਸਾਹਿਬ ਦੇ ਆਖਰੀ ਬੋਲੇ, ਕਹਿੰਦਾ ਮਹਾਂਪੁਰਖੋ ਖਿਮਾ ਕਰਿਓ, ਮੈਨੂੰ ਮੋਰਚੇ ਦੀ ਅਗਵਾਈ ਕਰਦਿਆਂ ਤੋਂ ਕੋਈ ਭੁੱਲ ਹੋ ਗਈ ਹੋਵੇ ਚਿਤਾਰੇ ਹੋਣਾ। ਤੇ ਕਹਿੰਦਾ ਮੇਰੇ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਿਓ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਦੇ ਚਰਨਾਂ ਦੇ ਵਿੱਚ ਮੈਨੂੰ ਸੂਈ ਦੇ ਨੱਕੇ ਜਿਹੀ ਜਗ੍ਹਾ ਦੇ ਦੇਣ, ਸੂਈ ਦੇ ਨੱਕੇ ਜਿਹੀ। ਜਨਰਲ ਸੁਰੇਸ਼ ਸਿੰਘ ਸਾਹਿਬ ਦੇ ਬੋਲ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਂ ਵਾਲੇ ਮਹਾਂਪੁਰਖਾਂ ਨੇ ਆਪਣੇ ਪੱਟ ਦੇ ਉੱਤੇ ਪਾਇਆ ਹੋਇਆ। ਲੱਤਾਂ ਉਹਦੀਆਂ ਖਤਮ ਹੋ ਚੁੱਕੀਆਂ, ਗੋਲੀਆਂ ਲੱਗ ਲੱਗ ਕੇ ਫਿੱਟੜ ਹੋ ਚੁੱਕੀਆਂ, ਤੁਰਿਆ ਨਹੀਂ ਜਾਂਦਾ, ਆਖਰੀ ਸਾਹਾਂ ਦੇ ਆ। ਜਦੋਂ ਜਨਰਲ ਸੁਰੇਸ਼ ਸਿੰਘ ਸਾਹਿਬ ਨੇ ਇਹ ਵਚਨ ਕਿਹਾ ਵੀ ਮਹਾਂਪੁਰਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਮੇਰੇ ਲਈ ਅਰਦਾਸ ਕਰਿਓ ਵੀ ਮੈਨੂੰ ਸੂਈ ਦੇ ਨੱਕੇ ਜਿਹੀ ਜਗ੍ਹਾ ਦੇ ਚਰਨਾਂ 'ਚ ਦੇ ਦੇਣ। ਤੇ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਨੇ ਪਤਾ ਕੀ ਕਹੇ ਵਚਨ ਜਵਾਬ ਦਿੱਤਾ, ਕਹਿੰਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਈ, ਸ੍ਰੀ ਦਰਬਾਰ ਸਾਹਿਬ ਦੇ ਲਈ ਇੱਕ ਡਾ ਕੇ ਲੜਨ ਵਾਲੇ ਜਰਨੈਲਾ, ਤੈਨੂੰ ਮੇਰੇ ਵਰਗੇ ਸਾਧ ਤੋਂ ਸਵਰਗਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਗ੍ਹਾ ਲੈਣ ਦੇ ਲਈ ਅਰਦਾਸ ਕਰਨ ਦੀ ਲੋੜ ਨਹੀਂ। ਤੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਈ, ਸ੍ਰੀ ਦਰਬਾਰ ਸਾਹਿਬ ਦੇ ਲਈ ਇੱਕ ਡਾ ਕੇ ਲੜਿਆ ਤੇ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਤੈਨੂੰ ਸੂਈ ਦੇ ਨੱਕੇ ਜਿਹੀ ਤਾਂ ਕੀ ਭਾਵੇਂ ਫੁੰਚਾ ਲਾ ਕੇ ਪੈ ਜੀ ਸੱਚੇ ਪਾਤਸ਼ਾਹ ਤੈਨੂੰ ਉਡੀਕਦੇ ਪਹੁੰਚ ਅਸੀਂ ਵੀ ਆਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਦੀ ਗੱਲ ਤੋਂ ਜਦੋਂ ਸੁਰੇਸ਼ ਸਿੰਘ ਸਾਹਿਬ ਹੋਏ ਨਾ ਸ਼ਹੀਦ, ਹੁਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਧੰਨ ਗੁਰੂ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ। ਤੇ ਜਦੋਂ ਸੰਤਾਂ ਨੇ ਕੀਤੀ ਨਾ ਅਰਦਾਸ, ਤੇ ਕਈ ਸਿੰਘ ਮਹਾਂਪੁਰਖਾਂ ਕੋਲੇ ਆਏ। ਆ ਕੇ ਮਹਾਂਪੁਰਖਾਂ ਨੂੰ ਦੋਵੇਂ ਹੱਥ ਜੋੜ ਕੇ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਂਪੁਰਖ ਨੂੰ ਅਸੀਂ ਨਿੱਕੀ ਜਿਹੀ ਬੇਨਤੀ ਕਰਨੀ ਚਾਹੁੰਦੇ ਹਾਂ। ਤੇ ਸੰਤਾਂ ਦੇ ਬਚਨ ਸੀ, ਸੰਤ ਕਹਿੰਦੇ ਸਿੰਘੋ ਆਪਦੀ ਬੇਨਤੀ ਕਰਨ ਤੋਂ ਪਹਿਲਾਂ ਸਾਡੀ ਬੇਨਤੀ ਸੁਣ ਲਓ, ਇਹ ਨਾ ਹੋਵੇ ਕੌਮ ਦੇ ਵਿੱਚ ਕੋਈ ਦੁਵਿਧਾ ਪੈ ਜਾਵੇ।
क्योंकि सिंघा ने इमाम पुरखा बेनती करनी सी भी तुसी मोर्चा छड़ के चले जाओ तुहाडी कौम नूं बहुत लोड़ है। ते इमाम पुरख कहिंदे सिंघो आपकी बेनती करन तों पहिलां साडी बेनती जरूर गौर नाल सुण लिओ। असीं शहादत देण दे लई अरदास कर चुके आ, मता कोई इहो जिहे शब्द कहो वी कौम दे विच दुविधा पै जावे। असीं तुहाडे कहण ते आओ हरियाणे दे विचों असीं ਉਥੋਂ ਤੁਹਾਡੇ ਕਹਿਣ ਤੇ ਵਾਪਸ ਆ ਚੁੱਕੇ ਆ। ਸਾਨੂੰ ਉਸ ਵੇਲੇ ਵੀ ਕੌਮ ਆਪਦਾ ਭੌੜਾ ਕਹਿੰਦੀ ਆ ਕਿਉਂਕਿ ਗੁਰੂ ਨੇ ਤਾਂ ਕਹਿੰਦਾ ਕੀ ਆ, ਉਹਨਾਂ ਨੇ ਤਾਂ ਭੌੜਾ ਕਹਿਣਾ। ਜਦੋਂ ਸੰਤ ਜੀ ਚੰਦੋ ਕਲਾਂ ਪਹੁੰਚੇ ਸੀ ਨਾ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਅਗਨੀ ਭੇਟ ਕੀਤੇ, ਜਿੱਥੇ ਟਕਸਾਲ ਦੀਆਂ ਬੱਸਾਂ ਅਗਨੀ ਭੇਟ ਕੀਤੀਆਂ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਕੋਠੀਆਂ ਅਗਨੀ ਭੇਟ ਕੀਤੀਆਂ, ਉੱਥੇ ਸੰਗਤ ਜੀ ਚੰਦੋ ਕਲਾਂ ਸੰਤਾਂ ਨੇ ਚਰਨਾਂ ਸਿੰਘਾਂ ਨੇ ਬੇਨਤੀ ਕੀਤੀ ਸੀ। ਸੰਤ ਉਦੋਂ ਸੰਗਤ ਦੀ ਬੇਨਤੀ ਸੁਣ ਕੇ ਸਾਡੇ ਕੋਲ ਕੋਈ ਨਹੀਂ।
खालसा जी सानू भुखा दे सपा ने डंग दिता सो इनी कहानी कुर्बान करो बहुत ज्यादा संखेप दे विच क्योंकि बड़ा